अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਦੇਸ਼ ਵਿਦੇਸ਼ਾਂ 'ਚ ਬੈਠੇ ਅਕਾਲ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਹਾਡਾ ਆਪਣਾ ਹਨਵੰਤ ਸਿੰਘ ਲੈ ਕੇ ਹਾਜ਼ਰ ਹਾਂ ਜੀ ਹਰਿਆਣਾ ਸਟੂਡੀਓ ਤੋਂ ਖਾਸ ਪ੍ਰੋਗਰਾਮ ਹਰਿਆਣੇ ਦੀ ਸਰਦਾਰੀ ਲੈ ਕੇ। ਦੋਸਤੋ, ਬੜੇ ਲੰਬੇ ਸਮੇਂ ਤੋਂ ਅਸੀਂ ਹਰਿਆਣੇ ਦੇ ਸਰਦਾਰੀ ਪ੍ਰੋਗਰਾਮ ਦੇ ਵਿੱਚ ਉਹ ਇਤਿਹਾਸ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਤੱਥ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਆਪਣੇ ਵਿਰਾਸਤ ਨਾਲ ਜੁੜਿਆ, ਜਿਹੜਾ ਆਪਣੇ ਵਿਰਸੇ ਨਾਲ ਜੁੜਿਆ। ਅਕਸਰ ਗੱਲ ਕਹੀ ਜਾਂਦੀ ਹੈ ਜਿਹੜੀਆਂ ਕੌਮਾਂ ਆਪਣੇ ਵਿਰਾਸਤ ਨੂੰ, ਆਪਣੇ ਵਿਰਸੇ ਨੂੰ ਭੁੱਲ ਜਾਣ, ਉਹ ਦੁਨੀਆ ਦੇ ਨਕਸ਼ੇ ਤੋਂ ਅਲੋਪ ਹੋ ਜਾਂਦੀਆਂ ਨੇ, ਅਤੇ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ, ਆਪਣੀ ਵਿਰਾਸਤ ਨੂੰ ਯਾਦ ਰੱਖਣ ਅਤੇ ਮਾਨਵਤਾ ਉਹਨਾਂ ਦੇ ਸਾਹਮਣੇ ਆਪਣਾ ਸਿਰ ਝੁਕਾਉਂਦੀ ਹੈ। ਇੱਥੇ ਕਿਸੇ ਨੂੰ ਝੁਕਾਉਣਾ ਨਹੀਂ, ਪਰੰਤੂ ਆਪਣੇ ਵਿਰਸੇ ਤੋਂ, ਆਪਣੀ ਵਿਰਾਸਤ ਨੂੰ ਦੁਨੀਆ ਨੂੰ ਰੂਪਮਾਨ ਕਰਾਉਣਾ। ਕਿ ਜਦੋਂ ਅਸੀਂ ਸਿੱਖ ਪੰਥ ਦੀ ਗੱਲ ਕਰਦੇ ਹਾਂ, ਸਿੱਖ ਰਾਜੇ ਮਹਾਰਾਜਿਆਂ ਦੀ ਗੱਲ ਕਰਦੇ ਹਾਂ, ਖਾਸ ਤੌਰ 'ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਹਾਂ, ਉਸ ਰਾਜੇ ਦੀ ਗੱਲ ਕਰਦਾ ਜਿਸ ਨੇ ਸਿੱਖ ਰਾਜ ਮੁੜ ਦੁਆਰਾ ਸਥਾਪਿਤ ਕੀਤਾ ਸੀ, ਅੱਜ ਉਹ ਕਿਵੇਂ ਸਾਡੇ ਦਿਲਾਂ 'ਚ ਅਲੋਪ ਹੋ ਗਿਆ। ਬੜਾ ਦੁੱਖ ਹੁੰਦਾ ਜਦੋਂ ਅਸੀਂ ਉਸ ਵਿਰਾਸਤ ਨੂੰ ਆਪਣੇ ਜ਼ਹਿਨ 'ਚ ਭੁਲਾ ਚੁੱਕੇ ਹਾਂ, ਪਰੰਤੂ ਮਾਣ ਕਰੀਏ, ਧੰਨਵਾਦ ਗੁਰੂ ਪਾਤਸ਼ਾਹ ਦਾ ਜਿਨ੍ਹਾਂ ਨੇ ਸੋਝੀ ਬਖਸ਼ੀ, ਹਰਿਆਣੇ ਵਿੱਚ ਵਸਦੇ ਉਹਨਾਂ ਮਰਜ਼ੀ ਵੜੇ ਯੋਧਿਆਂ ਨੂੰ ਸਰਦਾਰੀ ਬਖਸ਼ੀ ਅਤੇ ਸਰਦਾਰੀ ਦੇ ਨਾਲ ਨਾਲ ਆਪਣੀ ਸੇਵਾ ਵਾਸਤੇ ਚੁਣਿਆ, ਕਿਉਂਕਿ ਗਿਣਤੀ ਬਹੁਤ ਹੈ ਸਿੱਖਾਂ ਦੀ। ਕੇਵਲ ਉਹਨਾਂ ਸਿੱਖਾਂ ਨੂੰ ਕਿਉਂ ਚੁਣਿਆ ਜਿਨ੍ਹਾਂ 'ਤੇ ਗੁਰੂ ਪਾਤਸ਼ਾਹ ਨੂੰ ਮਾਣ ਸੀ। ਜੀ ਹਾਂ ਦੋਸਤੋ, ਉਹੀ ਦੋ ਸ਼ਖਸੀਅਤਾਂ ਅੱਜ ਫਿਰ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ, ਸਾਡੇ ਅਤਿ ਸਤਿਕਾਰਯੋਗ ਸਰਦਾਰ ਗਗਨਦੀਪ ਸਿੰਘ ਜੀ ਅਤੇ ਸਰਦਾਰ ਗੁਰਵਿੰਦਰ ਸਿੰਘ ਜੀ। ਤੁਹਾਡਾ ਸਵਾਗਤ ਜੀ, ਫਤਿਹ ਅੱਜ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਪਿਛਲੇ ਐਪੀਸੋਡ ਤੁਸੀਂ ਵੇਖਿਆ ਕਿਵੇਂ ਅਸੀਂ ਲੋਹਗੜ੍ਹ ਦੀ ਗੱਲ ਕੀਤੀ, ਲੋਹਗੜ੍ਹ ਵਿੱਚ ਕਿਵੇਂ ਸੰਗਤਾਂ ਦਾ ਇਕੱਠ ਹੋਇਆ, ਕਿਵੇਂ ਨਗਰ ਕੀਰਤਨ ਪਹੁੰਚਿਆ, ਕਿਵੇਂ ਉਹ ਸਥਾਨ ਦੁਆਰਾ ਮਾਨਵਤਾ ਦੇ ਰੂਬਰੂ ਹੋ ਰਿਹਾ, ਮਾਨਵਤਾ ਸਾਹਮਣੇ ਆ ਰਿਹਾ। ਗੱਲ ਕਰਾਂਗੇ ਸਥਾਨ ਲੱਭਿਆ ਕਿਵੇਂ, ਕੀ ਸੱਚਮੁੱਚ ਉਹ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਦਾ ਹੈ, ਕੀ ਸੱਚਮੁੱਚ ਉੱਥੇ ਸਿੱਕੇ ਜਾਰੀ ਕੀਤੇ ਨੇ, ਕੀ ਸੱਚਮੁੱਚ ਬਾਬਾ ਬੰਦਾ ਸਿੰਘ ਬਹਾਦਰ ਬੈਠ ਕੇ ਉੱਥੇ ਰਾਜ ਲਾਉਂਦੇ ਸਨ, ਕਿਉਂਕਿ ਰਾਜਧਾਨੀ ਕਿਹਾ ਜਾਂਦਾ ਲੋਹਗੜ੍ਹ ਨੂੰ। ਇਹ ਸਾਰੀਆਂ ਗੱਲਾਂ ਅੱਜ ਸਾਡੇ ਗਗਨਦੀਪ ਸਿੰਘ ਜੋ ਕਿ ਸਿੱਖ ਚਿੰਤਕ ਨੇ, ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਗੋਹ ਦੇ ਨਾਲ ਵਾਚਿਆ ਹੈ, ਪੜ੍ਹਿਆ ਹੈ, ਸੁਣਿਆ ਹੈ, ਕੇਵਲ ਪੜ੍ਹਨ ਸੁਣਨ ਤੱਕ ਸੀਮਤ ਨਹੀਂ, ਗੁਰਬਾਣੀ ਦੀ ਕਸਵੱਟੀ 'ਤੇ ਉਸ ਇਤਿਹਾਸ ਨੂੰ ਪਰਖਿਆ ਵੀ ਹੈ। ਸਰਦਾਰ ਗਗਨਦੀਪ ਸਿੰਘ ਜੀ, ਇੱਕ ਵਾਰ ਫਿਰ ਮੈਂ ਤੁਹਾਡਾ ਸਵਾਗਤ ਕਰਦਾ। ਪਿਛਲੇ ਐਪੀਸੋਡ 'ਚ ਆਪਾਂ ਗੱਲ ਕੀਤੀ ਸੀਗੀ ਕਿ ਜਦੋਂ ਅਸੀਂ ਇਤਿਹਾਸ ਮਾਨਤਾ ਦੇ ਸਾਹਮਣੇ ਕਰਨਾ ਹੈ, ਕਿਉਂਕਿ ਇਤਿਹਾਸ ਲਿਖਣ ਵਾਸਤੇ ਸਾਨੂੰ ਕੁਝ ਗੱਲਾਂ ਨੂੰ ਆਧਾਰ ਬਣਾਉਣਾ ਪਵੇਗਾ। ਤੁਸੀਂ ਬੜੇ ਸੋਹਣੇ ਢੰਗ ਨਾਲ ਸਾਨੂੰ ਦੱਸ ਦਿੱਤਾ ਕਿ ਲੋਹਗੜ੍ਹ ਸਥਾਪਿਤ ਹੋ ਚੁੱਕਾ, ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਸਿੱਕੇ ਜਾਰੀ ਕੀਤੇ, ਸਰਦਾਰ ਗੁਰਵਿੰਦਰ ਸਿੰਘ ਦੱਸਿਆ ਕਿ ਇੱਥੇ ਰਾਜਧਾਨੀ ਹੋਇਆ ਜਾਂਦਾ ਸੀਗਾ, ਪਰੰਤੂ ਜਦੋਂ ਉੱਥੇ ਗਏ ਦੋ ਪਹਾੜੀਆਂ, ਕੇਵਲ ਦੋ ਨਿਸ਼ਾਨ ਸਾਹਿਬ ਨੇ। ਪਰੰਤੂ ਜਦੋਂ ਅਸੀਂ ਇਤਿਹਾਸਕ ਪੰਨਿਆਂ ਨੂੰ ਵੇਖਦੇ ਹਾਂ ਜਾਂ ਯੂਥ ਨੂੰ ਵੇਖਦੇ ਹਾਂ, ਉਹਨੇ ਵਿਸ਼ਵਾਸ ਤਾਂ ਕਰਨਾ ਜੇਕਰ ਉਹਦੇ ਕੋਲ ਪੂਰੇ ਐਵੀਡੈਂਸ ਹੋਣ, ਪੂਰੇ ਰੈਫਰੈਂਸ ਹੋਣ। ਤੁਸੀਂ ਕਿਹੜੇ ਕਿਹੜੇ ਤੱਥਾਂ ਨੂੰ ਆਧਾਰ ਬਣਾਇਆ, ਕਿਹੜੇ ਕਿਹੜੇ ਸੋਰਸਿਸ ਨੂੰ ਤੁਸੀਂ ਪੜ੍ਹਿਆ ਜਾਂ ਆਪਣੇ ਜ਼ਹਿਨ ਵਿੱਚੋਂ ਲੰਘਾਇਆ ਕਿ ਸੱਚਮੁੱਚ ਗੁਰਬਾਣੀ ਦੀ ਕਸਵੱਟੀ 'ਤੇ ਪੂਰੇ ਉਤਰਦੇ ਨੇ? ਕਿਉਂਕਿ ਇਤਿਹਾਸ ਲਿਖਣਾ ਬੜਾ ਆਸਾਨ ਹੈ, ਇਤਿਹਾਸ ਜੇਕਰ ਸਿੱਖ ਕੌਮ ਦੀ ਗੱਲ ਕੀਤੀ ਜਾਵੇ, ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕੀਤੀ ਜਾਵੇ, ਇਤਿਹਾਸ ਘੜਿਆ ਗਿਆ, ਲਿਖਿਆ ਨਹੀਂ ਗਿਆ, ਆਪਾਂ ਸਾਰੇ ਜਾਣਦੇ ਹਾਂ, ਕਿਉਂਕਿ ਲਿਖਿਆ ਵਿਰੋਧੀ ਕਲਮਾਂ ਨੇ ਹੈ। ਕਿਉਂਕਿ ਜੇਕਰ ਗੱਲ ਕੀਤੀ ਜਾਵੇ, ਅੱਜ ਵੀ ਇਤਿਹਾਸ ਦੀਆਂ ਕਿਤਾਬਾਂ ਆਪਸ ਵਿੱਚ ਨਹੀਂ ਮਿਲਦੀਆਂ, ਪਰੰਤੂ ਤੁਸੀਂ ਜਿਹੜੀ ਰਾਜਧਾਨੀ ਬਾਬਾ ਬੰਦਾ ਸਿੰਘ ਬਹਾਦਰ ਦੀ ਲੋਹਗੜ੍ਹ ਸੀਗੀ, ਹਰਿਆਣੇ ਪੋਂਟਾ ਸਾਹਿਬ ਦੀ ਧਰਤੀ ਦੇ ਕੋਲ ਜਿਹੜਾ ਨਿਰਮਾਣ ਚੱਲ ਰਿਹਾ, ਸੰਗਤਾਂ ਬੜੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਨੇ, ਜਿਹੜਾ ਲੋਹਗੜ੍ਹ ਅਲੋਪ ਹੋ ਚੁੱਕਾ ਸੀ ਜ਼ਹਿਨ ਵਿੱਚੋਂ, ਅੱਜ ਫਿਰ ਦੁਆਰਾ ਸੰਗਤ ਦੀ ਝੋਲੀ ਪਵੇਗਾ, ਤੁਸੀਂ ਕਿਹੜੇ ਕਿਹੜੇ ਤੱਥ ਆਧਾਰ ਬਣਾਏ ਨੇ, ਕਿਹੜੇ ਕਿਹੜੇ ਸੋਰਸਿਸ ਨੂੰ ਚੁਣਿਆ ਕਿ ਸਥਾਨ ਬਿਲਕੁਲ ਸਹੀ ਹੈ, ਇਸ 'ਤੇ ਕਿੰਤੂ ਪਰੰਤੂ ਨਹੀਂ? ਜੀ, ਮੈਂ ਜਿੱਦਾਂ ਪਿਛਲੇ ਐਪੀਸੋਡ ਤੁਹਾਡੇ ਦੱਸ ਰਿਹਾ ਸੀਗਾ ਕਿ ਜਦੋਂ ਮੇਰੀ ਡਿਊਟੀ ਲੱਗ ਗਈ ਉੱਥੇ, ਅਤੇ ਮਾਨਯੋਗ ਡੀ ਸਾਹਿਬ ਨੇ ਮੈਨੂੰ ਕਿਹਾ ਕਿ ਇਹਦੀ ਹਿਸਟਰੀ ਦਾ ਕੋਈ 200-250 ਵਰਡ ਦਾ ਸਾਡੇ ਕੋਲ ਇੱਕ ਪੈਰਾ ਆ ਜਾਵੇ, ਉਸ ਪੈਰੇ ਦੇ ਉੱਪਰ ਤਾਂ ਕਿ ਅਸੀਂ ਇਸ ਘੱਟ ਤੋਂ ਘੱਟ ਇੱਕ ਡਿਸਪਲੇ ਕਰ ਸਕੀਏ ਕਿ ਇਸ ਜਗ੍ਹਾ ਦੀ ਕੀ ਹਿਸਟਰੀ ਹੈ। ਬਿਲਕੁਲ ਜੀ। ਔਰ ਅਸੀਂ ਫਿਰ ਕਿਉਂਕਿ ਇਹ ਹਿਸਟਰੀ ਉਪਲਬਧ ਨਹੀਂ ਹੈ ਕੋਈ ਲੋਹਗੜ੍ਹ ਦੀ, ਅਤੇ ਮੈਂ ਓਰਲ ਟ੍ਰੈਡੀਸ਼ਨ 'ਚ ਦੇਖਿਆ ਜਾਂਦਾ, ਹਾਂਜੀ ਹਾਂਜੀ, ਉਹਨੇ ਕੋਈ ਲੰਬੀ ਚੌੜੀ ਹਿਸਟਰੀ ਨਹੀਂ ਹੈ। ਅਤੇ ਅਸੀਂ ਫਿਰ ਇੱਕ ਲੈਟਰ ਲਿਖੀ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ, ਉੱਥੇ ਡਾਕਟਰ ਪਰਮ ਡਾਕਟਰ ਅਮਰਜੀਤ ਸਿੰਘ ਜੀ ਹੈ, ਔਰ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਹਿਸਟਰੀ ਦਿਓ, ਲੇਕਿਨ ਅਨਫੋਰਚੁਨੇਟਲੀ ਉਹ ਸਾਨੂੰ ਲੋਹਗੜ੍ਹ ਦੀ ਹਿਸਟਰੀ ਦੇ ਨਹੀਂ ਪਾਏ। ਉੱਤੋਂ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਅਸੀਂ ਫਿਰ ਇਹ ਸੋਚਿਆ ਕਿ ਅਸੀਂ ਇਹ ਉਪਰਾਲਾ ਸਾਨੂੰ ਆਪ ਹੀ ਕਰਨਾ ਪਏਗਾ, ਕਿਉਂਕਿ ਮੈਂ ਅਫਸਰ ਵੀ ਸੀ ਉੱਥੇ, ਔਰ ਇਹ ਮੇਰਾ ਆਪਣਾ ਧਾਰਮਿਕ ਮਸਲਾ ਵੀ ਸੀਗਾ,
ਔਰ ਮੈਂ ਬਹੁਤ ਗਰਵ ਵੀ ਮਹਿਸੂਸ ਕਰ ਰਿਹਾ ਸੀਗਾ ਕਿ ਮੈਨੂੰ ਮੌਕਾ ਮਿਲਿਆ ਹੁਣ ਇਹਦੇ ਉੱਪਰ ਖਾਲਸਾ ਰਾਜਧਾਨੀ ਦੇ ਕੰਮ ਕਰਨ ਦਾ, ਹੁਣ ਮੈਂ ਮੌਕਾ ਨਾ ਗਵਾਵਾਂ ਔਰ ਇਹਨੂੰ ਪੈਸ਼ਨੇਟ ਹੋ ਕੇ ਮਿਸ਼ਨ ਮੋਡ 'ਚ ਕੰਮ ਕਰਦਾ। ਬਿਲਕੁਲ ਦੇਖੋ ਐਸਾ ਹੈ ਜੀ, ਫਿਰ ਅਸੀਂ ਦੋ ਤਿੰਨ, ਮੈਂ ਤੁਹਾਨੂੰ ਜਿੱਦਾਂ ਪਿਛਲੀ ਵਾਰ ਦੱਸੀ ਗੱਲ ਕਿ ਅਸੀਂ ਆਰਕਿਓਲੋਜੀਕਲ ਐਵੀਡੈਂਸਿਸ ਦੀ ਗੱਲ ਕਰਦੇ ਹਾਂ, ਅਸੀਂ ਹਿਸਟੋਰੀਕਲ ਇੰਟਰਵੈਂਸ਼ਨ ਦੀ ਗੱਲ ਕਰਦੇ ਹਾਂ, ਅਸੀਂ ਆਰਕਾਈਵ ਇੰਟਰਵੈਂਸ਼ਨ ਦੀ ਗੱਲ ਕਰਦੇ ਹਾਂ। ਇਹ ਜਿਹੜੀਆਂ ਸਾਡੀ ਜੋ ਰਿਸਰਚ ਸ਼ੁਰੂ ਹੋਈ ਹੈ, ਜਿੱਦਾਂ ਵੀਰ ਜੀ ਨੇ ਦੱਸਿਆ, ਸਾਡੀ ਜੋ ਰਿਸਰਚ ਸ਼ੁਰੂ ਹੋਈ ਉਹ ਆਰਕਿਓਲੋਜੀਕਲ ਐਵੀਡੈਂਸਿਸ ਤੋਂ ਸ਼ੁਰੂ ਹੋਈ ਜੀ, ਕਿਉਂਕਿ ਦੋ ਪਹਾੜੀਆਂ 'ਤੇ, ਡੇਢ ਦੋ ਏਕੜ ਦੀ ਜਾਂ 4 ਏਕੜ ਦੀ ਪਹਾੜੀਆਂ 'ਤੇ ਕਦੀ ਵੀ ਖਾਲਸਾ ਰਾਜਧਾਨੀ ਸਥਾਪਿਤ ਕਰਨ ਦਾ ਕੋਈ ਕਨਸੈਪਟ ਨਹੀਂ ਸੀ। ਬਿਲਕੁਲ, ਕਿਉਂਕਿ ਸਿੱਖ ਕੌਮ ਦਾ ਜੋ ਫਲਸਫਾ ਹੈ ਬਹੁਤ ਵੱਡਾ ਸੀਗਾ, ਜੋ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀਗਾ ਬਹੁਤ ਵੱਡਾ ਸੀਗਾ। ਔਰ ਜਦੋਂ ਫਿਰ ਮੈਨੂੰ ਗੱਲ ਨਹੀਂ ਜੱਚ ਰਹੀ ਸੀਗੀ ਔਰ ਯੂਨੀਵਰਸਿਟੀਜ਼ ਤੋਂ ਵੀ ਕੋਈ ਰਿਸਪੋਂਸ ਨਹੀਂ ਆ ਰਿਹਾ ਸੀਗਾ, ਅਤੇ ਮੈਂ ਫਿਰ ਇਹਦੇ ਕੰਟੈਸਟ ਜਿੰਨੀਆਂ ਮਾਰਕੀਟ 'ਚ ਬੁੱਕਸ ਅਵੇਲੇਬਲ ਸੀਗੀਆਂ ਜਾਂ ਨੈੱਟ 'ਤੇ ਅਵੇਲੇਬਲ ਸੀਗੀਆਂ ਉਹ ਸਾਰੀਆਂ ਮੈਂ ਹੌਲੀ 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 ਕਰਕੇ ਪਰਚੇਸ ਕਰਨੀਆਂ ਸ਼ੁਰੂ ਕੀਤੀਆਂ ਜੀ। ਔਰ ਪਰਚੇਸ ਕਰਦੇ ਕਰਦੇ ਮੈਂ ਉਹਦੀ ਰੀਡਿੰਗ ਸ਼ੁਰੂ ਕੀਤੀ, ਚਾਹੇ ਉਹ ਸਿੱਖ ਹਿਸਟਰੀ ਫਰਮ ਪਰਸ਼ੀਅਨ ਸੋਰਸਿਸ ਹੈ, ਚਾਹੇ ਅਲੱਗ ਅਲੱਗ ਲੇਖਕਾਂ ਨੇ ਅਲੱਗ ਅਲੱਗ ਗੱਲਾਂ ਲਿਖੀਆਂ ਨੇ, ਚਾਹੇ ਬਲਵੰਤ ਸਿੰਘ ਢਿੱਲੋਂ ਜੀ ਦੀ ਬੁੱਕ ਪਿੱਛੇ ਆਈ ਹੈ, ਔਰ ਬੜੀਆਂ ਸਾਰੀਆਂ ਬੁੱਕਸ ਅਵੇਲੇਬਲ ਨੇ, ਨੰਬਰ ਆਫ ਟੈਕਸ ਆਰ ਅਵੇਲੇਬਲ। ਉਹ ਸਾਰੀਆਂ ਟੈਕਸ ਇੱਕੋ ਹੀ ਗੱਲ ਕਹਿੰਦੀਆਂ ਨੇ ਕਿ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਪਰ 3 ਅਟੈਕ ਹੋਏ ਨੇ, 3 ਲੋਗੜ ਦੇ ਉੱਪਰ, ਔਰ ਪਹਿਲੇ ਅਟੈਕ 1710 ਤੋਂ ਲੈ ਕੇ 1712 ਤੱਕ ਚੱਲਦਾ ਰਿਹਾ ਜੀ, ਔਰ ਲੱਖਾਂ ਦੀ ਫੌਜ ਐਮਪਰਰ ਬਹਾਦੁਰ ਸ਼ਾਹ ਖੁਦ ਲੈ ਕੇ ਪਹੁੰਚੇ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅਗਰ ਬਹਾਦੁਰ ਸ਼ਾਹ ਲੱਖਾਂ ਦੀ ਫੌਜ ਇੱਥੇ ਲੈ ਕੇ ਪਹੁੰਚ ਰਿਹਾ, ਕਿਉਂਕਿ ਪਰਸ਼ੀਅਨ ਸੋਰਸਿਸ ਇਹ ਵੀ ਦੱਸਦੇ ਨੇ ਕਿ ਕਿਹੜਾ ਮਨਸਬਦਾਰ ਕਿੰਨੀ ਫੌਜ ਲੈ ਕੇ ਇੱਥੇ ਪਹੁੰਚਿਆ, ਕਿਹੜਾ ਰਾਜਸਥਾਨੀ ਰਾਜਾ ਕਿੰਨੀ ਫੌਜ ਕਿਹੜੀ ਤਰੀਕ ਨੂੰ ਇੱਥੇ ਲੈ ਕੇ ਪਹੁੰਚਿਆ ਫੌਜ। ਉਹ ਫੌਜ ਨੂੰ ਤੁਸੀਂ ਟੋਟਲ ਮਾਰੋਗੇ, ਸਿੰਪਲ ਮੈਥਮੈਟਿਕਸ, ਤਾਂ ਦੈਟ ਕ੍ਰੋਸ ਇਜ ਈਵਨ 1.5-2 ਲੱਖ ਤੋਂ ਵੀ ਉੱਪਰ ਕ੍ਰੋਸ ਕਰ ਦਿੱਤੀ ਫੌਜ। ਹੁਣ ਗੱਲ ਇਹ ਹੈ ਕਿ 1.5 ਜਾਂ 2 ਏਕੜ ਜਾਂ 4 ਏਕੜ ਦੀ ਪਹਾੜੀ 'ਤੇ ਮੁਗਲਾਂ ਨੂੰ ਸੀਜ਼ਰ ਲਾ ਕੇ ਕਾਬੂ ਕਰਨ ਵਾਸਤੇ ਕਿੰਨਾ ਕੁ ਟਾਈਮ ਲੱਗਣਾ ਸੀਗਾ। ਇੱਕ ਬਿਲਕੁਲ ਸਿੰਪਲ ਜਿਹਾ ਕੁਸਚਨ ਹੈ, ਪ੍ਰੈਕਟੀਕਲ ਜੀ ਗੱਲ ਹੈ। ਚਿਤੌੜਗੜ੍ਹ ਦਾ ਕਿਲਾ ਐਡਾ ਵੱਡਾ ਹੈ, 595 ਏਕੜ ਦਾ ਕਿਲਾ, ਹਿੰਦੁਸਤਾਨ ਦਾ ਸਭ ਤੋਂ ਵੱਡਾ ਕਿਲਾ। ਮੁਗਲਾਂ ਨੇ ਜਦੋਂ ਉੱਤੇ ਸੀਜ਼ਰ ਲਾਇਆ ਤਾਂ ਉਹ 1 ਮਹੀਨੇ ਦੇ ਅੰਦਰ ਹੀ ਉਹਨਾਂ ਨੇ ਸਿਲੰਡਰ ਕੱਟਤਾ ਸੀਗਾ ਮੌਕੇ ਦੇ ਰਾਜੇ ਨੇ ਜੀ, ਕਿਉਂਕਿ ਸਪਲਾਈ ਸ਼ਾਰਟ ਹੋ ਗਈਆਂ, ਡਰਿੰਕਿੰਗ ਵਾਟਰ ਦੀ ਪ੍ਰੋਬਲਮਸ ਆ ਗਈ, ਹਥਿਆਰਾਂ ਦੀ ਸ਼ਾਰਟੇਜ, ਸਿਲੰਡਰ ਹੋ ਗਏ ਗੱਲ। ਔਰ ਜੇ ਲੋਹਗੜ੍ਹ 'ਤੇ ਐਡਾ ਵੱਡਾ ਸੀਜ਼ਰ ਲੱਗ ਰਿਹਾ ਅਤੇ ਲੜਾਈ ਤੁਹਾਡੀ ਕੰਟੀਨਿਊ ਸੀ, 2 ਸਾਲ ਚੱਲ ਰਹੀ ਪਹਿਲੀ ਲੜਾਈ, ਹਾਊ ਇਟ ਇਜ਼ ਪੋਸੀਬਲ ਕਿ ਉਹ 4 ਏਕੜ ਤੋਂ ਲੜੀ ਜਾ ਰਹੀ ਹੋਏ? ਔਰ ਜੇ ਉਹ ਲੱਖਾਂ ਤਾਦਾਦ 'ਚ ਨੇ ਅਤੇ ਸਿੰਘ ਕਿੰਨੇ ਹੋਣਗੇ? ਔਰ ਜੇ ਸਿੰਘ ਉਹ ਲੱਖਾਂ ਤਾਦਾਦ 'ਚ ਨੇ, ਇਹ ਵੀ ਚਾਹੇ ਪਹਾੜੀ 'ਤੇ ਚੜ੍ਹੇ ਨੇ, ਇਹ ਤਾਂ ਨਹੀਂ ਹੈ ਕਿ 10, 20, 30 ਜਾਂ 50 ਬੰਦੇ ਓਡੀ ਲੱਖਾਂ ਦੀ ਫੌਜ ਨਾਲ ਲੜ ਰਹੇ ਨੇ। ਇਹ ਵੀ ਘੰਟੇ ਦੀ ਗੱਲ ਸੀ ਸਾਰੀ, ਯੈਸ, ਘੰਟਾ ਵੀ ਨਹੀਂ ਸੀਗਾ ਉਹਨਾਂ ਕੋਲ, ਬਹੁਤ ਵੱਡੇ ਵੈਪਨ ਸੀਗੇ ਉਹਨਾਂ ਕੋਲ। ਈਵਨ ਜੇ ਤੁਸੀਂ ਦੇਖੀਏ ਨਾ ਜੀ, ਉਹਨਾਂ ਕੋਲ ਤਾਂ ਜਿਹੜੇ ਰੋਕੇਟ ਲਾਂਚਰਸ ਛੋਟੇ ਛੋਟੇ ਸੀਗੇ ਉਹ ਕੈਮਲ 'ਤੇ ਫਿੱਟ ਹੋ ਜਾਂਦੇ ਸੀਗੇ, ਔਰ ਉਹਨਾਂ ਕੋਲ ਮੁਗਲਸ ਕੋਲ ਬੜੇ ਉਸ ਟਾਈਮ ਦੇ ਮਾਡਰਨ ਵੈਪਨ ਸੀਗੇ, ਤੋਪਾਂ ਸੀਗੀਆਂ, ਕੈਨਨਸ ਬਹੁਤ ਵਧੀਆ ਸੀਗੀਆਂ ਜਿਹੜੀਆਂ ਫਸਟ ਕਲਾਸ ਵਾਰ ਕਰਦੀਆਂ ਸੀਗੀਆਂ। ਅਤੇ ਉਹ ਗੱਲ ਇਹ ਗੱਲ ਪ੍ਰੈਕਟੀਕਲੀ ਕੋਈ ਜਚਦੀ ਨਹੀਂ ਸੀ ਕਿ 2-4 ਏਕੜ ਦੇ ਵਿੱਚ ਖਾਲਸਾ ਰਾਜਧਾਨੀ ਹੋਏਗੀ। ਫਿਰ ਉਸ ਤੋਂ ਬਾਅਦ ਜਦੋਂ ਨਹੀਂ ਜਚੀ ਤਾਂ ਫਿਰ ਅਸੀਂ ਉਹਨਾਂ ਪਹਾੜੀਆਂ ਦੀ ਛਾਨਬੀਨ ਕਰਨੀ ਸ਼ੁਰੂ ਕੀਤੀ। ਹਾਂਜੀ, ਫਿਰ ਮੈਂ ਕਿਉਂਕਿ ਉੱਥੋਂ ਦਾ ਅਸਿਸਟੈਂਟ ਕਲੈਕਟਰ ਵੀ ਸੀਗਾ, ਮੈਂ DDPO ਵੀ ਆਈ ਯਮੁਨਾਨਗਰ, ਅਤੇ ਫਿਰ ਮੈਂ ਜਾ ਕੇ ਉੱਥੋਂ ਏਰੀਆ ਨੂੰ ਚੈੱਕ ਕਰਨਾ ਸ਼ੁਰੂ ਕੀਤਾ, ਅਤੇ ਮੈਂ ਥੋੜ੍ਹੀ ਜਿਹੀ ਸਫਾਈ ਕਰਾਈ ਉੱਥੇ ਏਰੀਆ ਦੇ ਵਿੱਚ, ਅਤੇ ਮੈਨੂੰ ਇੱਕ ਦੀਵਾਰ ਲਾਸਟ ਜੋ ਉਹਦੀ ਪਲਿੰਥ ਮਿਲੀ, ਜੋ ਉਹਦੇ ਲਾਸਟ ਰੈਮੀਨੈਂਟਸ ਆਫ ਦੀ ਵਾਲ ਹੈ, ਅਤੇ ਲਾਸਟ ਰੈਮੀਨੈਂਟਸ ਆਫ ਦੀ ਵਾਲ ਮਿਲੇ, ਅਤੇ ਉਹ ਲਾਸਟ ਰੈਮੀਨੈਂਟਸ ਦੇ ਵਿੱਚ ਜਦੋਂ ਮੈਂ ਦੀਵਾਰ ਦੇ ਉੱਪਰ ਚੱਲਣਾ ਸ਼ੁਰੂ ਕੀਤਾ, ਪਹਿਲੀ ਦੀਵਾਰ 5 ਕਿਲੋਮੀਟਰ ਤੱਕ ਗਈ ਹੈ ਜੀ। ਅਤੇ ਮੈਂ ਵੀਰ ਜੀ ਨੂੰ ਫੋਨ ਕੀਤਾ, ਮੈਂ ਕਿਹਾ ਜੀ ਖਾਲਸਾ ਰਾਜਧਾਨੀ ਥੋੜ੍ਹੀ ਵੱਡੀ ਹੈ, ਅਸੀਂ ਇੱਕ ਦੋ ਏਕੜ ਅੱਜ 2-4 ਏਕੜ ਪਹਿਲਾਂ ਐਵੀਡੈਂਸ ਸਾਨੂੰ ਮਿਲ ਚੁੱਕਾ, ਪਹਿਲਾਂ ਐਵੀਡੈਂਸ ਜਦੋਂ ਮਿਲਿਆ ਤਾਂ ਮੈਂ ਇਹਨਾਂ ਨੂੰ ਵੀਰ ਜੀ ਨੂੰ ਫੋਨ ਕੀਤਾ, ਮੈਂ ਕਿਹਾ ਜੀ ਮੈਨੂੰ ਇੱਦਾਂ ਲੱਗਦਾ ਵੀ ਸ਼ਾਇਦ 50-60 ਏਕੜ 'ਚ ਹੋਏਗੀ, ਔਰ ਜੰਗਲ ਦੇ ਵਿੱਚ ਅਸੀਂ ਨਿਕਲਦੇ ਜਾ ਰਹੇ ਹਾਂ, ਅਸੀਂ 2 ਦਿਨ ਦੇ ਵਿੱਚ 5 ਕਿਲੋਮੀਟਰ ਪੂਰਾ ਕਰ ਲਿਆ। ਚਲੋ ਵੀਰ ਜੀ ਕਹਿੰਦੇ ਚਲੋ ਕੁਛ ਨਾ ਕੁਛ ਤਾਂ ਤੁਸੀਂ ਕਰ ਲਿਆ ਔਰ ਇਹਨੂੰ ਕਰੀ ਚੱਲੋ। ਫਿਰ ਮੈਂ ਅਗਲੀ ਛੁੱਟੀ 'ਤੇ ਫਿਰ ਉੱਥੇ ਜਿੱਥੇ ਛੱਡਿਆ ਉੱਥੇ ਘੁੰਮਿਆ, ਹਫ਼ਤੇ 10 ਦਿਨ ਬਾਅਦ ਅਸੀਂ ਉਹਨੂੰ ਜਦੋਂ ਚੈੱਕ ਕੀਤਾ ਤਾਂ ਸਾਡਾ ਜੋ ਏਰੀਆ ਸੀਗਾ ਉਹ ਏਰੀਆ 500 ਏਕੜ ਤੋਂ ਵੱਧ ਹੋ ਗਿਆ ਸੀਗਾ। ਅੱਜ ਛੋਟੇ ਛੋਟੇ ਸੈਟੇਲਾਈਟ ਡਿਵਾਈਸਿਸ ਨੇ, ਕਿਉਂ ਜੰਗਲ 'ਚ ਰਸਤੇ ਨਹੀਂ ਹੈ, ਉਹਦੇ ਵਿੱਚ ਅਸੀਂ ਸੈਟੇਲਾਈਟ ਡਿਵਾਈਸ, ਗਾਰਮਿਨ ਡਿਵਾਈਸਿਸ ਸੀ, ਉਹ ਯੂਜ਼ ਕਰਕੇ ਉਹ ਸਾਰੇ ਮੈਪ ਡਰਾਅ ਕੀਤੇ ਕਿ ਕਿਹੜੀ ਪਹਾੜੀ 'ਤੇ ਚੜ੍ਹ ਗਏ, ਕਿਹੜੇ ਕੰਟੂਰਸ 'ਤੇ ਹੋ, ਕਿੰਨੀ ਹਾਈਟ 'ਤੇ, ਉਹ ਸਾਰੀ ਮੈਪਿੰਗ ਕਰਨੀ ਸ਼ੁਰੂ ਕੀਤੀ ਹੋਈ ਸੀ।
ਔਰ ਟੀਮ ਦੇ ਨਾਲ ਮੇਰੇ ਬੰਦੇ ਜਿੰਨੇ ਸੀਗੇ ਉਹ ਕੰਮ ਕਰ ਰਹੇ ਸੀਗੇ ਸਰਦਾਰ ਜਰਨੈਲ ਸਿੰਘ ਦੀ ਗੱਲ ਕੀਤੀ ਉਹ ਨਾਲ ਨਾਲ ਚੱਲ ਰਹੇ ਸੀਗੇ ਕੁਝ ਲੋਕਲ ਸਿੰਘ ਕਾਫੀ ਯਮੁਨਾਨਗਰ ਤਾਦਾਦ ਦੇ ਵਿੱਚ ਜਿਹੜੇ ਲੋਕਲ ਉਹਦੇ ਸਿੰਘ ਸੀਗੇ ਉਹਨਾਂ ਨੇ ਮੇਰੇ ਸਾਥ ਦੇਣਾ ਇਸ ਮਸਲੇ ਸ਼ੁਰੂ ਕੀਤਾ ਕਿ ਉਹ ਜੰਗਲ 'ਚ ਜੰਗਲੀ ਜਾਨਵਰ ਵੀ ਬਹੁਤ ਨੇ ਉਸ ਤੋਂ ਬਾਅਦ ਟੈਰੇਨ ਬਹੁਤ ਉੱਚੀ ਹੈ ਮਤਲਬ ਚੱਲਦੀ 1200 ਫਿੱਟ ਤੱਕ 1900 ਫਿੱਟ ਤੱਕ ਉਹ ਹਾਈਟ ਵੇਰੀ ਕਰ ਰਹੀ ਹੈ ਫਿਰ ਅਸੀਂ ਜੀ ਕਰਦੇ ਰਹੇ ਕੰਟੀਨਿਊਸਲੀ ਫਾਈਨਲੀ 3 ਕੁ ਮਹੀਨਿਆਂ ਬਾਅਦ ਵੀ ਕੇਮ ਟੂ ਦ ਕੰਕਲੂਜਨ ਵੀ 7000 ਏਕੜ ਦੇ ਵਿੱਚ ਖਾਲਸਾ ਰਾਜਧਾਨੀ ਹੈ ਹੋਰ ਚੱਲਦੀ ਰਹੀ ਫਿਰ 10000 ਏਕੜ 'ਚ ਫੈਲ ਗਈ ਉਸ ਤੋਂ ਬਾਅਦ ਜੀ ਇਹ ਤਾਂ ਗੱਲ ਕਲੀਅਰ ਹੋ ਚੁੱਕੀ ਸੀ ਕਿ ਜੋ ਖਾਲਸਾ ਰਾਜਧਾਨੀ ਦੇ ਰੈਮੀਨੈਂਟਸ ਦੇ 10000 ਏਕੜ 'ਚ ਫੈਲੇ ਹੋਏ ਨੇ ਦੈਟ ਮੀਨਸ ਇਟ ਇਜ਼ ਦ ਵਰਲਡਸ ਲਾਰਜੈਸਟ ਫੋਰਟ ਬਿਲਕੁਲ ਠੀਕ ਹੈ ਜੋ ਅੱਜ ਦੀ ਡੇਟ ਦੇ ਵਿੱਚ ਜੋ ਈਅਰ ਮਾਰਕ ਵਰਲਡਸ ਲਾਰਜੈਸਟ ਫੋਰਟ ਹੈ ਉਹ ਰਾਨੀਕੋਟ ਸਿੰਧ ਦੇ ਵਿੱਚ ਹੈ ਜੋ ਕਿ 3000 ਏਕੜ ਦੇ ਵਿੱਚ ਹੈ ਖਾਲਸਾ ਰਾਜਧਾਨੀ ਜੋ ਰੈਮੀਨੈਂਟਸ ਹੈ ਉਹ 10000 ਏਕੜ ਦੇ ਵਿੱਚ ਜੋ ਸਾਡੀ ਫਸਟ ਰਿਪੋਰਟ 'ਚ ਆਇਆ ਫਿਰ ਮੈਂ ਵੀਰ ਜੀ ਨੂੰ ਰਿਕੁਐਸਟ ਕੀਤੀ ਇਹਨਾਂ ਨੇ ਇੱਕ ਟਰੱਸਟ ਫੋਰਮ ਕੀਤਾ ਕਿਉਂਕਿ ਅਸੀਂ ਇਹ ਕੋਈ ਆਰਕਿਓਲੋਜਿਸਟ ਨਹੀਂ ਹੈ ਜੀ ਅਸੀਂ ਕੋਈ ਮੈਂ ਇਹ ਬੋਲਣਾ ਚਾਹੁੰਦਾ ਸੀ ਕਿਉਂਕਿ ਕਿਤਰ ਜਿਹੜੇ ਸਾਡੇ ਅਥੈਂਟਿਕ ਸੋਰਸਿਸ ਨੇ ਉਹ ਕੁਝ ਕਹਿ ਰਹੇ ਨੇ ਪਰੰਤੂ ਪ੍ਰੈਕਟੀਕਲ ਜੋ ਜਾ ਕੇ ਵੇਖਦੇ ਉਹ ਕੁਝ ਬੋਲ ਰਹੇ ਕੁਝ ਹੋਰ ਬੋਲ ਰਹੇ ਜੀ ਹੁਣ ਹੋਇਆ ਕੀ ਕਿ ਇਹਨਾਂ ਟਰੱਸਟ ਫੋਰਮ ਕਰ ਲਿਆ ਟਰੱਸਟ ਨੇ ਇੱਕ ਪ੍ਰੋਫੈਸ਼ਨਲ ਏਜੰਸੀ ਹਾਇਰ ਕਰ ਲਈ ਦਿੱਲੀ ਦੀ ਉਹਨਾਂ ਨੇ ਆਰਕਿਓਲੋਜਿਸਟ ਰਿਟਾਇਰਡ ਆਰਕਿਓਲੋਜਿਸਟ ਸੀਗੇ ASI ਤੋਂ ਹੋਰ ਆਪਣੇ ਆਰਟੈਕ 'ਚ ਉਹਨਾਂ ਨੇ ਪ੍ਰੋਪਰ ਇੱਕ 15-20 ਬੰਦਿਆਂ ਟੀਮ ਸੀ ਉਹ 3-4 ਮਹੀਨੇ 'ਤੇ ਚੈੱਕ ਕਰਤੀ ਅਤੇ ਉਹਨਾਂ ਕਹਿੰਦੇ ਰਹੇ ਵੀ ਹਾਂਜੀ ਦੀਸ ਆਰ ਦਾ ਰੈਮੀਨੈਂਟਸ ਔਰ ਐਡੀ ਵੱਡੀ ਸਟੈਬਲਿਸ਼ਮੈਂਟ ਹੈ ਇੱਥੇ ਸ਼ਹਿਰ ਵਸਦਾ ਸੀਗਾ ਕਿਆ ਬਾਤ ਹੈ ਸ਼ਹਿਰ ਵਸਦਾ ਸੀ ਉਹਨਾਂ ਨੇ ਲਿਖਿਤ 'ਚ ਰਿਪੋਰਟ ਮਾਰ ਕੇ ਸਾਈਨ ਮਾਰ ਕੇ ਇੱਕ ਸਾਨੂੰ ਸਬਮਿਟ ਕਰਤੇ ਵੀ ਪੇਡ ਫੋਰ ਦਾ ਰਿਪੋਰਟ ਉਹਨਾਂ ਨੇ ਟਰੱਸਟ ਨੇ ਉਹਦੀ ਪੇਮੈਂਟ ਦਿੱਤੀ ਉਹਨਾਂ ਨੇ ਆਰਕਿਓਲੋਜਿਸਟ ਨੇ ਰਿਟਰਨ 'ਚ ਉਹ ਰਿਪੋਰਟ ਸਬਮਿਟ ਕਰਤੇ ਹੁਣ ਇਟ ਵਾਜ਼ ਸ਼ੋਰ ਕਿ ਇਹ ਗੱਲ ਇੰਨੀ ਨਹੀਂ ਹੈ ਅੱਛਾ ਉਸ ਤੋਂ ਬਾਅਦ 10000 ਏਕੜ ਤੋਂ ਬਾਅਦ ਵੀ ਗੱਲ ਖਤਮ ਨਹੀਂ ਹੋ ਰਹੀ ਹੁਣ ਵੀਰ ਜੀ ਉੱਥੇ ਪ੍ਰੋਬਲਮ ਕੀ ਹੈ ਕਿ ਤੁਸੀਂ ਇੱਕ ਪਹਾੜੀ ਚੜ੍ਹ ਜਾਓ ਫਿਰ ਨੀਚੇ ਉਤਰੋ ਫਿਰ ਦੂਸਰੀ ਚੜ੍ਹੋ ਤਾਂ ਆਦਮੀ ਨਾ ਮਤਲਬ ਦਿਨ 'ਚ 2 ਜਾਂ 3 ਪਹਾੜੀਆਂ ਚੜ੍ਹ ਸਕਦਾ ਜਿਹੜਾ ਫਿਜ਼ੀਕਲੀ ਫਿੱਟ ਹੈ ਔਰ ਬਾਕੀ ਬੰਦਾ ਉੱਥੇ ਚੜ੍ਹ ਨਹੀਂ ਸਕਦਾ ਕਿਉਂਕਿ ਤੁਹਾਨੂੰ ਉੱਥੇ ਨਾ ਦੇ ਰਸਤੇ ਪਾਣੀ ਮਿਲੇਗਾ ਨਾ ਕੁਝ ਖਾਣ ਦਾ ਮਿਲੇਗਾ ਤੁਸੀਂ ਆਪਣਾ ਖਾਣ ਪੀਣ ਦਾ ਜੋ ਜੁਗਾੜ ਹੈ ਨਾਲ ਲੈ ਕੇ ਸਾਰੇ ਸਿਸਟਮ ਨਾਲ ਚੱਲਣਾ ਪਏ ਉਹਦਾ ਤੁਹਾਡੇ ਡਿਵਾਈਸਿਸ ਹੋਣਗੇ ਕੈਮਰੇਸ ਹੋਣਗੇ ਤੁਹਾਡੇ ਸੈਟੇਲਾਈਟ ਡਿਵਾਈਸਿਸ ਹੋਣਗੇ ਉਹ ਸਾਰਾ ਕੁਝ ਨਾਲ ਲੈ ਕੇ ਚੱਲਣਾ ਪਏਗਾ ਫਿਰ ਹਾਰ ਕੇ ਅਸੀਂ ਇੱਕ ਦਿਨ ਇਹ ਸਕੀਮ ਲਾਈ ਕਿ ਅਸੀਂ ਇੱਥੇ ਲੋਕਲ ਪਹਾੜੀਆਂ ਨੂੰ ਫੜਦੇ ਹਾਂ ਔਰ ਉਹਨਾਂ ਨੂੰ ਫੋਟੋਗ੍ਰਾਫਸ ਦਿਖਾਤੇ ਹਾਂ ਵੀ ਅਸੀਂ ਇਸ ਤਰ੍ਹਾਂ ਦੀਆਂ ਦੀਵਾਰਾਂ ਲੱਭ ਰਹੇ ਹਾਂ ਇਸ ਤਰ੍ਹਾਂ ਦੀਆਂ ਠੀਕਰਾਂ ਮਤਲਬ ਜਿਹਨੂੰ ਪੋਟਰੀ ਕਹਿੰਦੇ ਉਹ ਮਿਲ ਜੇ ਇੱਦਾਂ ਦੇ ਡੈਮ ਮਿਲ ਜਾਣ ਇੱਦਾਂ ਚੀਜ਼ਾਂ ਮਿਲ ਜਾਣ ਤੁਸੀਂ ਸਾਨੂੰ ਦੱਸੋ ਉਹ ਮਹੀਨਾ ਕੁ ਟੀਮ ਕੰਮ ਕਰਦੇ ਅਸੀਂ ਪੇਡ ਉਹਨਾਂ ਨੂੰ ਲਾ ਲਿਆ ਉਹਦੇ ਵਿੱਚੋਂ ਫਿਰ ਇੱਕ ਬੰਦਾ ਮੈਨੂੰ ਕਹਿੰਦਾ ਜੀ ਕਿ ਤੁਸੀਂ ਇੱਥੇ ਲੱਭੀ ਜਾਂਦੇ ਪਏ ਹੋ ਅਤੇ ਤਾਂ 20 ਕਿਲੋਮੀਟਰ ਬਾਅਦ ਜਾਓ ਉੱਥੇ ਵੀ ਇਹੀ ਕੁਛ ਹੈ ਆਈ ਵਾਜ਼ ਅਸਟੋਨਿਸ਼ ਟੂ ਹੀਅਰ ਫਿਰ ਮੈਂ ਇਮੀਡੀਏਟਲੀ ਇੱਕ ਸੈਟੇਲਾਈਟ ਪਿਕਚਰ ਡਰਾ ਕੀਤੀ ਗੂਗਲ 'ਚ ਪਾ ਕੇ ਦੇਖਿਆ ਅਤੇ ਮੈਂ ਕਿਹਾ ਵੀ ਜੋ ਇਸ ਇੱਕ ਰਿਜ ਹੈ ਉਸ ਰਿਜ ਦਾ ਨਾਮ ਡਾਬਰ ਹਿੱਲ ਕਹਿੰਦੇ ਉਹ ਰਿਜ ਖਤਮ ਹੁੰਦੀ ਹੈ ਇਸ ਦਾ ਆਰਕ ਸ਼ੇਪਡ ਹੈ ਔਰ ਉਸ ਰਿਜ 'ਤੇ ਇਸ ਸਾਈਡ ਯਮੁਨਾ ਚੱਲ ਰਹੀ ਹੈ ਔਰ ਇਸ ਸਾਈਡ ਮਾਰਕੰਡਾ ਰਿਵਰ ਚੱਲ ਰਹੀ ਹੈ ਅਸੀਂ ਕਿਹਾ ਠੀਕ ਹੈ ਇਸ ਸਾਈਡ ਯਮੁਨਾ ਦੇ ਏਰੀਆ ਵੀ ਚੈੱਕ ਕਰਾਂਗੇ ਉੱਧਰੋਂ ਮਾਰਕੰਡਾ ਦਾ ਏਰੀਆ ਚੈੱਕ ਕਰਾਂਗੇ ਔਰ ਲੋਹਗੜ੍ਹ ਬਿਲਕੁਲ ਸੈਂਟਰ 'ਚ ਹੈ ਤਾਂ ਟੋਟਲ ਉਸ ਰਿਜ ਦੀ ਲੰਬਾਈ 55 ਕਿਲੋਮੀਟਰ ਹੈ ਅਸੀਂ ਫਿਰ ਉਸ ਰਿਜ ਦੀ ਜਦੋਂ ਲਾਸਟ ਪੋਰਸ਼ਨ 'ਤੇ ਪਹੁੰਚੇ ਅਤੇ ਲਾਸਟ ਜੋ ਮਾਰਕੰਡੇ ਦੇ ਕੋਲ ਪਿੰਡ ਹੈ ਉਹਦਾ ਨਾਮ ਹੈ ਠਸਕਾ ਅਸੀਂ ਕਿਹਾ ਜੀ ਉੱਥੇ ਫੋਰੈਸਟ ਗਾਰਡ ਨੂੰ ਕਿਹਾ ਮੈਂ ਜੀ ਅਸੀਂ ਉੱਪਰ ਜਾਣਾ ਸਰਪੰਚ ਨੂੰ ਪਹਿਲੇ ਮੈਂ ਕਿਹਾ ਮੈਂ ਸਰਪੰਚ ਸਾਹਿਬ ਆਪਕੇ ਉੱਪਰ ਕੋਈ ਕਿਲ੍ਹਾ ਕਹਿੰਦਾ ਹਾਂਜੀ ਕਿਲ੍ਹਾ ਹੈ ਮੈਂ ਕਿਹਾ ਹੁਆ ਉੱਥੇ ਇੱਕ ਬੜੀ ਲੋਕਲ ਲੋਕ ਕਹਿੰਦੇ ਨੇ ਪਲਟ ਗਿਆ ਸਾ ਜੀ ਕੀ ਕਹਿੰਦੇ ਜੋ ਮਾਨਤਾ ਉੱਥੋਂ ਦੀ ਮਤਲਬ ਉਹ ਕਹਿੰਦੇ ਨੇ ਪਲਟਣ ਦਾ ਮਤਲਬ ਡਿਸਟਰੋਇਡ ਹੈ ਵੀ ਕੋਈ ਪ੍ਰਕੋਪ ਦੇ ਕੋਈ ਪਿਆ ਅਤੇ ਉਹ ਪਲਟ ਗਿਆ ਮਤਲਬ ਇਟ ਇਜ਼ ਡਿਸਟਰੋਇਡ ਲੇਕਿਨ ਉਹਦੇ ਰੈਮੀਨੈਂਟਸ ਅਵੇਲੇਬਲ ਨੇ ਜੀ ਅਸੀਂ ਕਿਹਾ ਜੀ ਚਲੋ ਠੀਕ ਹੈ ਉਹਦੇ ਤਕਰੀਬਨ ਐਕਸਪੀਡ ਉੱਪਰ ਚੜ੍ਹਦੇ ਚੜ੍ਹਦੇ ਤੁਹਾਨੂੰ ਸਕੇਲ ਅਪ ਕਰੋਗੇ ਤਾਂ 3 ਘੰਟੇ ਲੱਗ ਜਾਂਦੇ ਉੱਥੇ ਪਹੁੰਚਣ 'ਚ ਪਹਾੜੀ ਉੱਚੀ ਹੈ ਅਤੇ ਜਦੋਂ ਪਹੁੰਚੋ ਪਹੁੰਚ ਕੇ ਜੋ ਦੇਖਿਆ ਉੱਥੇ ਨਾਨਕ ਸ਼ਾਹੀ ਇੱਟ ਪਈ ਆ ਜੀ ਉੱਥੇ ਚੂਨੇ ਦੀ ਚਿਨਾਈ ਦੀਆਂ ਦੀਵਾਰਾਂ ਪਈਆਂ ਉੱਪਰ ਕਿਲ੍ਹੇ ਸਭ ਕੁਛ ਪਿਆ ਉਹ ਫੋਟੋਗ੍ਰਾਫੀ ਕੀਤੀ ਆਪਾਂ ਔਰ ਕਰ ਕੁਰ ਕੇ ਜਿੱਦਾਂ ਆਪਾਂ ਨੀਚੇ ਉਤਰ ਕੇ ਆ ਰਹੇ ਸੀਗੇ ਰਸਤੇ 'ਚ ਆਇਆ ਸੁਧਾ ਪੀਰ ਅਸੀਂ ਕਿਹਾ ਜੀ ਪੀਰ ਹੈ ਕਹਿੰਦਾ ਹਾਂਜੀ ਪੀਰ ਹੈ ਸੁਧਾ ਪੀਰ ਹੈ ਚਲੋ ਉਹ ਤੋਂ ਬਾਅਦ ਜਦੋਂ ਪਹਾੜੀ ਦੇ ਜੜ੍ਹ 'ਚ ਪਹੁੰਚੇ ਅਤੇ ਪੱਥਰਾਂ ਅਤੇ ਚੂਨੇ ਦੀ ਚਿਨਾਈ ਦਾ ਬੜਾ ਸੁੰਦਰ ਇੱਕ ਡਰੈਸ ਸਟੋਨ ਦਾ ਇੱਕ ਵੈਲ ਸੀਗਾ ਉੱਥੇ ਮੁਸਲਮਾਨ ਵੀਰ ਬੈਠੇ ਸੀ ਅਸੀਂ ਕਿਹਾ ਜੀ ਕਿਹਦਾ ਕਹਿੰਦਾ ਲੱਖੀ ਵੰਜਾਰੇ ਦਾ ਹੁਣ ਜਦੋਂ ਉਹਨੇ ਕਿਹਾ ਜੀ ਲੱਖੀ ਵੰਜਾਰੇ ਦਾ ਅਤੇ ਗੱਲ ਫਿਰ ਅੱਗੇ ਹੋਰ ਚੱਲ ਗਈ ਵੀ ਮੈਂ ਪੁੱਛਿਆ ਲੱਖੀ ਵੰਜਾਰਾ ਕੌਣ ਹੈ ਜੀ ਬਹੁਤ ਅਮੀਰ ਆਦਮੀ ਤਾ ਜੀ ਜਹਾਂ ਰੁਕਾ ਤਾਂ ਵਹੀਂ ਕੂਆਂ ਲਗਾਵਾਂ ਤਾਂ ਵਹੀਂ ਪਾਣੀ ਪੀਵਾ ਤਾਂ
मतलब जो फॉकलोर से अवेलेबल है। मैं कह जी फिर यहाँ क्यों कुआं लगाया, पीरगल टकरा गया था जी, खांड लेके जा रहा था वो सारी नमक, मतलब एक स्टोरी जो story. हाँ उन्होंने सी उन्होंने सुना दी। चलो ओके हूँ मैं कितने है जी, कहते बिच प्लेट लगी तो नाम लिखे लखी वंजारा, अपने को एविडेंस आ गया। एविडेंस आ गया मैं जी जब चलन लग्या तो उस तो बाद सरपंच कहते यहाँ छोड़ो जी 3 किलोमीटर आते एक और कुआं भी लखी वंजारे का। हुण जदों मैनू उहने इह गल दसी कि इह कुआं लखी वंजारे दा है, क्योंकि पहाड़ी दे चढ़ दे विच खूह लाना, अज तां ड्रिलिंग मशीन भी काम नहीं करती उत्थे, आदि मॉडर्न ड्रिलिंग मशीन भी रॉकी टेरेन दे विच नहीं ला, इन्हें खूह लाते सिंघां ने उत्थे, ठीक है ना, तो इहदा मतलब काम कोई वड्डा ही चल रहा सी, राजधानी सी, राजधानी सी। और उस तो बाद जदों फिर मैं अपने जिन्ने पटवारी तहसीलदारां दी रिक्वेस्ट की, मैं कहा जी तुसीं जिन्ने पुराने खूह ने ना सब दा रिकॉर्ड दसो। देखो जी साढ़े डिस्ट्रिक्ट दे विच सिर्फ यमुनानगर डिस्ट्रिक्ट 85 खूह लखी शाह वंजारे ते मिले ने जिस उत्ते नाम लिखे हुए ने। जे तुसीं इंपीरियल गजटीयर पढ़ो तो इंपीरियल गजटीयर ये गल कहिंदा है खूह दी लान की कीमत है 500 रुपया, एकड़ की कीमत है 1 रुपया, तो किन्ना मुल उतारिया होना, तो तुसीं ये लाओ खूह लांदा कित्थे है बंदा, अपनी जमीन च, जमीन च लांदा कौन है, अमीर आदमी लखी शाह वंजारा, लखी शाह वंजारा। और कौन है लखी शाह वंजारा, वो कहता जिदे लखा दे बल्द निकलते सी इत्थों दी और उहदा इत्थों दी व्यापार चलता सीगा। हुण काफ़ी खान मुहम्मद कासिम रंगाबादी जिहड़े तुसीं गल कर रहे हो वो काफ़ी खान ये लिखता है जिहड़ा मौके का कोर्ट राइटर है मुगलों का, कहता भी सिंघां दे 52 मोर्चे ने और ये मोर्चे मुगल फौज नूं लोहगढ़ तक पहुँचन नहीं दे रहे। नवेर आर दोस 52 बैस्टन्स, अगर वो 52 बैस्टन्स वो मोर्चिया के हुण इतिहासकारा ने एक लाइन लिख के खत्म की गल कि 52 मोर्चे ने, ये पता नहीं केड़े केड़े ने जी जे वो कोर्ट राइडर सारे लिख रहे ने कि 52 ने तो दैट मीनस कुछ ना कुछ गल होर भी है जो असी नहीं जे कि 52 मोर्चा की तहत जाया जाता तो राजधानी मिल जानी सी, मिल जानी सी। फिर होया कि मैंने एक सिंह मिलया जी, मैं मोर्चे उपर लभ रहा पहाड़ी से नैचुरली क्योंकि खालसा राजधानी तो पहाड़ी से है, मैंने सिंह कहना कहना जी उपर ना लभो मोर्चे थले ने, मैं कितने ने, कहता जी तुम लोहगढ़ तो थले 15 किलोमीटर थले आओ पहला मोर्चा उत्ते है, उत्थे अज भी फोर्ट प्रेजेंट है अजीजपुर कला फस्ट। फिर सानू समझ आ गया भी मोर्चे इत्थे नहीं है, मोर्चे एडवांस मोर्चे से और प्लेन्स से, उन्होंने एडवांस जमीनी पद्धर से स्थापित सी। पहला मोर्चा करनाल दे कोल मुगल कनाल दे कोल इस्टैबलिश्ड, उस तो बाद कुरक्षेत्र डिस्ट्रिक्ट मोर्चे, फिर अंबाला डिस्ट्रिक्ट मोर्चे, फिर वो मोर्चे पंजौर तक। फिर असी जो सानू कंसैप्ट समझ आ गया असी लभने शुरू किए, देखो जी अज भी 52 चो 22 मोर्चे अज भी प्रेजेंट ने लभ चुके ने, जिहड़े मतलब जिहड़े डिस्ट्रॉय नहीं किए गए जिन्हें अज खड़े ने, जिन्हां दी असी वीडियोग्राफी फोटोग्राफी की। और हर मोर्चे लखी शाह वंजारे का खूह, मैंने तो एक बड़ी प्यारी गल याद आती है, एक विद्वान कहते हैं राह कहीं राही कहीं रैबर कहीं यू भी कभी मंजिल मिलती है, परंतु जो तो गगनदीप सिंह सरदार गुरविंदर सिंह वाल वेखदा राह का भी नहीं पता, राही तो बन गए ने, रैबर बारे पता तो मंजिल इन्हों के कदम चुम रही है। सचमुच धन्यवाद करता, मैं सल्यूट करता तुम जो इन्ना वाला मिशन लैके चले हो। हम थोड़ी जी गल आप अगे तोरीए, जो तुम राइकल की गल करते हैं असी मौजूदा एविडेंस की गल करते हैं वह कुछ बोल रहे हैं, परंतु जो तुम आप अखी वेखिया उस स्थान पर गए सू चिन्ह भी मिल रहे हैं, सिंबल मिल रहे हैं, खूह मिल रहे हैं, उस समय के जिहड़ियां ओरल ट्रेडिशन जो गल्लां पईआं ने, क्योंकि जो हिस्ट्री का पक्ष लिया जाता सू ओरल ट्रेडिशन नाल लैके चलना पेगा, कुछ इहो जिहियां मुश्किलां भी आईआं ने, वह कह रहे हैं है तुम कह रहे हो नहीं है, उत्थे किवें दी गल करो। देखो जी ऐसा है कि बेसिकली जे मैं हिस्टोरीयन हुंदा ते शायद मैं काम ना कर पाता, रीज़न उहदे विच इह है कि मेरी पुरानी पढ़ाई मेरे सामने इन्ना खराब करती मैनू कि वह मेरे सामने सच्चाई ना दित्ती। यानी कि कह सकते हैं आपां जो साढ़े रूल्स बने पे हिस्टरी दे उन्होंने पिछे हट के सानू असल तत्व जानते हैं। बिल्कुल, जदों असीं गुरमत दे कंसैप्ट्स नू समझांगे तो वह गुरमत के कंसैप्ट मुताबिक ही ये फोर्ट तैयार होया, नानक राज चलाया सच कोट सथाणी नीम दे, गुरु नानक हुण देखो गुरु नानक साहब भी इस इलाके विचरते हैं, उन्हें गुरुद्वारा साहब मौके पर प्रेजेंट है, की जरूरत से उन्होंने आने की,
ਪਿੰਜੌਰ 'ਚ ਵੀ ਗੁਰਦੁਆਰਾ ਸਾਹਿਬ ਹੈ, ਫਿਰ ਅੱਗੇ ਤੱਕ ਜਾਂਦੇ ਮੋਰਚੇ, ਅੱਗੇ ਵੀ ਮਤਲਬ ਇਸ ਏਰੀਆ 'ਚ ਗੁਰਦੁਆਰਾ ਸਾਹਿਬ ਨੇ। ਹੁਣ ਗੁਰੂ ਹਰਗੋਬਿੰਦ ਸਾਹਿਬ ਜਦੋਂ ਸਮਰੱਥ ਰਾਮਦਾਸ ਨੂੰ ਮਿਲਦੇ ਨੇ, ਬਿਲਕੁਲ ਦੇਰ ਵਾਸ ਨੋ ਹੈਲੀਕਾਪਟਰ ਸਰਵਿਸਿਜ਼ ਐਟ ਦੈਟ ਟਾਈਮ, ਬਿਲਕੁਲ ਸੀਗੀਆਂ ਨਹੀਂ ਸੀ ਨਾ, ਪੈਦਲ ਗਏ ਨੇ, ਪੈਦਲ ਗਏ ਨੇ, ਰੂਟ ਇਹੀ ਹੈ, ਰੂਟ ਇਹੀ ਹੈ, ਠੀਕ ਹੈ ਨਾ। ਪੀਰ ਬੁੱਧੂ ਸ਼ਾਹ ਦਾ ਉੱਥੇ ਪ੍ਰੈਜੈਂਟ ਹੋਣਾ, ਪੀਰ ਬੁੱਧੂ ਸ਼ਾਹ ਦੇ ਦਾਦੇ ਦਾ ਰਾਜਾ ਇਬਰਾਹਿਮ ਵਾਲੇ ਦੇ ਇਲਾਕੇ ਦਾ ਹਾਕਮ ਹੋਣਾ, ਬਿਲਕੁਲ ਭਗਾਣੀ ਦਾ ਯੁੱਧ ਹੋਣਾ, ਔਰ ਪਠਾਨਾ ਦਾ ਭਜਣਾ, ਔਰ ਗੱਲ ਖਤਮ। ਲੇਕਿਨ ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ ਨਾ ਵੀ ਇਹਨਾਂ ਨੂੰ ਕਿੱਥੋਂ ਲੱਭਿਆ ਅਤੇ ਕੀ ਲੱਭਿਆ, ਇਹਦੇ ਮੈਂ ਥੋੜ੍ਹੀ ਜਿਹੀ ਰੋਸ਼ਨੀ ਪਾਉਣਾ ਚਾਹਾਂਗਾ ਜੀ ਕਿ ਅੱਜ ਤੋਂ ਜੇ ਤੁਸੀਂ 25-30 ਸਾਲ ਪਿੱਛੇ ਜਾਓ, ਇੱਕ ਦਿੱਲੀ ਜਦੋਂ ਰਾਜ ਪਲਟਾ ਹੋਇਆ ਅਤੇ ਕੁਝ ਐਸੀ ਗੱਲਾਂ ਅਖਬਾਰਾਂ 'ਚ ਆਈਆਂ ਵੀ ਪੁਰਾਣੇ ਰਾਜੇ ਨੇ ਆਪਣੀ ਉਸਤਤ ਪੱਥਰਾਂ 'ਤੇ ਲਿਖਵਾ ਕੇ ਅਤੇ ਪੱਥਰ ਜ਼ਮੀਨ ਦੇ ਵਿੱਚ ਪਾ ਦਿੱਤੇ। ਉਹ ਕੈਪਸੂਲ ਵਰਡ ਆਇਆ ਸੀ ਬਈ, ਰਾਜੇ ਨੇ ਆਪਣੀ ਉਸਤਤ ਆਪਣੇ ਪਰਿਵਾਰ ਦੀ ਉਸਤਤ ਕਰਕੇ ਉਹ ਕੈਪਸੂਲ ਜ਼ਮੀਨ 'ਚ ਪਾ ਦਿੱਤੇ ਤਾਂ ਕਿ ਜ਼ਮੀਨ ਜਦੋਂ ਉਲਟਾ ਪਲਟਾ ਲਏਗੀ ਉਹ ਕੈਪਸੂਲ ਨਿਕਲਣਗੇ, ਉਹਨਾਂ ਦੇ ਪੜ੍ਹਨਗੇ ਅਤੇ ਜੋ ਲਿਖਿਆ ਹੋਏਗਾ ਉਹਨੂੰ ਮੰਨ ਲੈਣਗੇ ਜੀ। ਉਹ ਚੀਜ਼ ਮੈਂ ਪੜ੍ਹੀ ਹੋਈ ਸੀ ਅਤੇ ਮੈਨੂੰ ਕਿਤੇ ਇਹ ਸਮਝ ਆਈ ਕਿ ਜਿਹੜੇ ਹਿਸਟੋਰੀਅਨ ਨੇ ਨਾ ਇਹਨਾਂ ਨੂੰ ਜੋ ਵੀ ਲਿਖਦੇ ਨੇ ਕੈਪਸੂਲ ਰਾਜਾ ਲਿਖਵਾ। ਅੱਛਾ, ਮੇਰੇ ਮਾਇੰਡ 'ਚ ਇਹ ਗੱਲ ਬੈਠ ਗਈ ਕਿ ਹਿਸਟਰੀ ਜਿਹੜੀ ਹੈ ਉਹ ਆਪਣੇ ਆਪ ਪੈਦਾ ਨਹੀਂ ਹੁੰਦੀ, ਹਿਸਟਰੀ ਨੈਚੁਰਲ ਨਹੀਂ ਲਿਖੀ ਜਾਂਦੀ। ਨੈਚੁਰਲ ਹਿਸਟਰੀ ਤਾਂ ਸਮੇਂ ਨਾਲ ਨਸ਼ਟ ਹੋ ਜਾਂਦੀ ਹੈ, ਬਈ ਉਹ ਦਾਦੇ ਨੇ ਪੋਤੇ ਨੂੰ ਸੁਣਾਈ, ਪੋਤੇ ਨੇ ਪੋਤੇ ਨੂੰ ਸੁਣਾਈ, ਓਰਲ ਟ੍ਰੈਡੀਸ਼ਨ 'ਚ ਉਹ ਗਿਸਦੀ ਖਤਮ ਹੋ ਗਈ ਅਤੇ ਜਾਂ ਵੱਧਦੀ ਗੱਪ ਬਹੁਤ ਵੱਡੀ ਹੋ ਗਈ। ਉਹ ਖੋਟੀ ਚਵਾਨੀ ਚੱਲ ਗਈ ਦੀ ਅਖਬਾਰ ਪੜ੍ਹਦੇ ਸੀ ਅਸੀਂ ਦਿੱਲੀ, ਅਤੇ ਉਸ ਅਖਬਾਰ ਦੇ ਚੱਲਦੇ ਚੱਲਦੇ ਆਖਰਲੀ ਖਬਰ ਇਹ ਪਹੁੰਚੀ ਗੋਲੀ ਚੱਲ ਗਈ ਅਤੇ ਬਾਜ਼ਾਰ ਬੰਦ ਹੋ ਗਿਆ। ਜਦੋਂ ਉਹਦੀ ਤਹਿ 'ਤੇ ਪਹੁੰਚਿਆ ਪਤਾ ਲੱਗਿਆ ਸੀ ਉਹਦੀ ਖੋਟੀ ਚਵਾਨੀ ਚੱਲ ਗਈ। ਅਤੇ ਉੱਪਰ ਜਾਏਗੀ ਹਿਸਟਰੀ ਜਾਂ ਨੀਚੇ ਜਾਏਗੀ, ਓਰਲ ਦਾ ਪਤਾ ਨਹੀਂ ਹੁੰਦਾ ਕਿੱਧਰ ਮੁੜ ਜਾਏਗੀ। ਬਿਲਕੁਲ ਜੀ। ਔਰ ਜਿਹੜੀ ਲਿਖਤ ਹੈ, ਮੈਂ ਅਗਰ ਅੱਜ ਆਪਣਾ ਕਲਰਕ ਰੱਖ ਕੇ ਚਿੱਠੀ ਲਿਖਵਾ ਰਿਹਾ, ਲਿਖ ਕਲਰਕ ਰਿਹਾ, ਲਿਖ ਮੇਰਾ PA ਰਿਹਾ, ਲਿਖਵਾ ਮੈਂ ਰਿਹਾ, ਕਿਉਂਕਿ ਉਹ ਮੇਰਾ ਪੇਡ ਇੰਪਲਾਈ ਹੈ, ਅਤੇ ਹਿਸਟਰੀ ਕਿੱਥੇ ਹੈ? ਜੋ ਮੈਂ ਆਪਣੇ ਇੰਪਲੋਈ ਕੋਲ ਲਿਖਵਾ ਰਿਹਾ ਉਹ ਹਿਸਟਰੀ ਹੈ, ਉਹ ਹਿਸਟਰੀ ਹੈ। ਹਿਸਟਰੀ ਕਦੀ ਸੱਚ ਨਹੀਂ ਹੋ ਸਕਦੀ, ਹਿਸਟਰੀ ਕਦੀ ਸੱਚਾਈ ਨਹੀਂ ਹੋ ਸਕਦੀ, ਇਹ ਜ਼ਰੂਰੀ ਨਹੀਂ ਕਿ ਸੱਚ ਹੋਵੇ। ਪਰੰਤੂ ਜੋ ਵੀ ਹਾਕਮ, ਜੋ ਵੀ ਰਾਜਾ, ਜੋ ਸਮੇਂ ਦਾ ਜੋ ਉਸਦੀ ਪੇਮੈਂਟ ਕਰ ਰਿਹਾ ਉਹ ਹਿਸਟਰੀ ਹੈ, ਮਗਰ ਅੱਜ ਸਮੇਂ ਬਦਲ ਰਿਹਾ ਸੀ। ਮੈਂ ਹੁਣ ਦੇਖ ਰਿਹਾ ਸੀ ਕਿ ਜਿਹੜੇ ਹੁਣ ਦੇ ਹਿਸਟੋਰੀਅਨ ਨਵੇਂ ਬੱਚੇ ਆਏ ਨੇ, ਮੈਂ ਮਾਤਾ ਸੁੰਦਰੀ ਕਾਲਜ 'ਚ ਇੱਕ ਬਾਬੰਦਾ ਸਿੰਘ ਬਹਾਦਰ 'ਤੇ ਸੈਮੀਨਾਰ ਚੱਲ ਰਹੇ ਸਨ, ਦੱਸਿਆ ਚੇਅਰ ਸਥਾਪਿਤ ਹੋ ਚੁੱਕੀ ਸੀ ਜੀ, ਸੈਮੀਨਾਰ ਵੱਖ ਵੱਖ ਪ੍ਰਦੇਸ਼ਾਂ 'ਚ ਚੱਲ ਰਹੇ ਸਨ। ਉੱਥੇ ਅਮਨ ਸਿੰਘ ਜਾਂ ਅਮਨਦੀਪ ਸਿੰਘ ਇੱਕ ਲੜਕਾ ਸੀ ਪੰਜਾਬ ਦਾ, ਉਹਨੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹਿਸਟਰੀ ਬਾਰੇ ਕੋਈ ਗੱਲ ਐਸੀ ਕਹੀ ਜਿਹੜੀ ਉਸ ਵਕਤ ਮੌਜੂਦਾ ਚੇਅਰਮੈਨ ਬੈਠਾ ਸੀ ਚੇਅਰ 'ਤੇ, ਉਹਨੇ ਕਿਹਾ ਵੀ ਅਮਨ ਆਈ ਫੀਲ ਯੂ ਹੈਵ ਟੇਕਨ ਅ ਰਿਸਕ। ਅਮਨ ਨੇ ਜਵਾਬ ਦਿੱਤਾ ਕਿ ਸਰ ਤੁਸੀਂ ਇਹ ਦੱਸੋ ਜੋ ਮੈਂ ਬੋਲਿਆ ਕਿਆ ਗਲਤ ਹੈ? ਉਹਨੇ ਕਿਹਾ ਗਲਤ ਨਹੀਂ, ਮਗਰ ਕਈਆਂ ਨੂੰ ਪਸੰਦ ਨਹੀਂ ਆਏਗਾ। ਉਹ ਵੀ ਇੱਕ ਦਿਨ ਸੀ, ਉਹ ਵੀ ਇੱਕ ਕਾਰਨ ਸੀ। ਇਹ ਚੀਜ਼ਾਂ ਮੇਰੇ ਦਿਮਾਗ 'ਚ ਹਿੱਟ ਕਰਦੀਆਂ ਗਈਆਂ ਵੀ ਕੁਛ ਹੈ ਜਿਹੜਾ ਆਮ ਬੰਦਾ ਕਹਿ ਨਹੀਂ ਰਿਹਾ, ਆਮ ਬੰਦਾ ਲਿਖ ਨਹੀਂ ਰਿਹਾ, ਆਪਣੀ ਹਿਸਟਰੀ ਸੱਚੀ ਹੈ ਨਹੀਂ। ਕੋਈ ਪਰਸ਼ੀਅਨ ਤੋਂ ਪੜ੍ਹ ਰਹੇ ਨੇ, ਇੱਕ ਮੈਨੂੰ ਬੜੀ ਅੱਛੀ ਗੱਲ ਲੱਗੀ ਇੱਕ ਪਰਸ਼ੀਅਨ ਔਰ ਰਾਜਸਥਾਨੀ ਹਿਸਟਰੀ ਦੀ, ਉਹ ਕਹਿੰਦਾ ਜੀ ਬਾਬਾ ਬੰਦਾ ਸਿੰਘ ਬਹਾਦਰ ਆਵੇ ਥਾ, ਉਹ ਲੁਟੇਰਾ ਥਾ, ਉਹਨੂੰ ਕਹਿੰਦਾ ਉਹ ਲੁਟੇਰੇ ਕੀ ਤਰ੍ਹਾਂ ਆਵੇ ਥਾ, ਔਰ ਲੂਟ ਕੇ ਆਂਖੋਂ ਸੇ ਓਝਲ ਹੋ ਜਾ ਥਾ, ਮੁਗਲ ਕੀ ਸੈਨਾ ਨੇ ਪਾਵੇ ਨਹੀਂ ਥਾ। ਉੱਥੋਂ ਸਾਡੇ ਪੋਜ਼ਿਟਿਵ ਹਿਸਟੋਰੀਅਨ ਨੇ ਉਹਦੇ ਲੁਟੇਰੇ ਸ਼ਬਦ ਨੂੰ ਨਹੀਂ ਲਿਆ, ਉਹਦੇ ਇਨਵੇਡਨ ਨੂੰ ਜਾਂ ਉਹਦੇ ਹਮਲੇ ਨੂੰ ਨਹੀਂ ਲਿਆ। ਉਹ ਕਹਿੰਦਾ ਜਿਹੜਾ ਉਹਨੇ ਲਿਖਿਆ ਨਾ ਕਿ ਉਹ ਅੱਖੋਂ ਸੇ ਓਝਲ ਹੋ ਜਾ ਥਾ, ਉਸ ਨੂੰ ਅਸੀਂ ਇਹ ਲੈ ਲਿਆ ਉਹਦੀ ਸਪੀਡ ਨੂੰ, ਉਹਦੀ ਪਾਵਰ ਨੂੰ, ਵੀ ਮੁਗਲ ਸਲਤਨਤ ਦੀ ਫੌਜ ਉਹਨੂੰ ਫੜ ਨਹੀਂ ਪਾਉਂਦੀ ਸੀ, ਇਹਦਾ ਮਤਲਬ ਉਸ ਬੰਦੇ ਦੀ ਸਪੀਡ ਇੰਨੀ ਸੀ ਕਿ ਸਪੀਡ ਨੂੰ ਫੋਲੋ ਨਹੀਂ ਸਨ ਕਰ ਸਕਦੇ। ਅਸੀਂ ਇਸ ਤਰ੍ਹਾਂ ਨੈਗੇਟਿਵ ਹਿਸਟਰੀ ਦੇ ਵਿੱਚੋਂ ਆਪਣੀ ਪੋਜ਼ਿਟਿਵ ਕ੍ਰੀਏਸ਼ਨਸ ਲੋਕਾਂ ਨੇ ਲੱਭਣੀਆਂ ਸ਼ੁਰੂ ਕਰ ਦਿੱਤੀਆਂ। ਤੁਹਾਡੇ ਕੋਲ ਬਿਲਕੁਲ ਸਹੀ ਗੁਰਿੰਦਰ ਸਿੰਘ, ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਕਿ ਸਮਾਂ ਬਹੁਤ ਕਰਵਟ ਲੈਂਦਾ ਆਪਣਾ ਸਮੇਂ ਦੇ ਨਾਲ, ਕਿਉਂਕਿ ਜੇਕਰ ਸਿੱਖ ਕੌਮ ਦੀ ਗੱਲ ਕੀਤੀ ਜਾਵੇ 60-70 ਸਾਲ ਘੋੜਿਆਂ ਦੀਆਂ ਕਾਠੀਆਂ 'ਤੇ ਰਹੇ ਨੇ,
ਕਿਤੇ ਕਾਰਨ ਨਹੀਂ ਸਾਡੇ ਜਿਹੜੇ ਚਿੰਨ ਨੇ ਸਿੰਬਲ ਨੇ ਉਹ ਵੀ ਅਲੋਪ ਹੋ ਗਏ, ਦੀਵਾਰਾਂ ਵੀ ਅਲੋਪ ਹੋ ਗਈਆਂ, ਸਾਡੀਆਂ ਰਾਜਨੀਤੀ ਨੇ ਵੀ ਕਿਤੇ ਨਾ ਕਿਤੇ ਥੰਮ ਗਈਆਂ। ਬਿਲਕੁਲ, ਐਕਚੁਅਲੀ ਗੱਲ ਕੀ ਹੈ ਕਿ ਜਦੋਂ ਅਸੀਂ ਰਿਸਰਚ ਕਰਾਏ ਨੇ ਇਸ ਪੂਰੇ ਪ੍ਰੋਸੈਸ ਦੇ ਉੱਪਰ, ਅਤੇ ਉਹ ਇੱਕ ਟਾਈਮ ਮੋਸ਼ਨ ਸਟੱਡੀ ਹੁੰਦੀ ਹੈ, ਟਾਈਮ ਮੋਸ਼ਨ ਸਟੱਡੀ ਹੁੰਦੀ ਹੈ, ਉਹਦੇ 'ਚ ਸਾਨੂੰ ਸਿਵਲ ਇੰਜੀਨੀਅਰਿੰਗ ਦੀ ਸਟੱਡੀ ਹੈ, ਕਿਉਂਕਿ ਹੁਣ ਅਸੀਂ ਮਾਡਰਨ ਟੈਕਨੀਕਸ ਯੂਜ ਕਰਨੀਆਂ ਸ਼ੁਰੂ ਕਰਤੀਆਂ, ਵੀ ਵਰ ਨੋਟ ਡਿਪੈਂਡੈਂਟ ਔਨ ਹਿਸਟਰੀ ਓਨਲੀ। ਆਪਾਂ ਜੇ ਸੱਚਾਈ ਨੂੰ ਉਜਾਗਰ ਕਰਨਾ ਸੀ ਤਾਂ ਹਰ ਮਤਲਬ ਜੋ ਵਾਟ ਐਵਰ ਵਾਸ ਪੋਸੀਬਲ ਅਸੀਂ ਉਹਨੂੰ ਕੀਤਾ, ਕਿਉਂਕਿ ਸਾਨੂੰ ਜਨਰੇਸ਼ਨ ਨੇ ਸਵਾਲ ਕਰਨੇ ਨੇ, ਯੈਸ, ਕਿੱਥੇ ਹੈ, ਕਿੱਥੋਂ ਪੜਿਆ, ਕਿੱਥੇ ਲੈ ਕੇ, ਕੀ ਸੱਚਮੁੱਚ ਸਹੀ ਹੈ, ਕਿਉਂਕਿ ਸਵਾਲ ਪਹਿਲੇ ਖੜਾ ਸਾਡੇ ਸਾਹਮਣੇ। ਉਹ ਜੋ ਟਾਈਮ ਮੋਸ਼ਨ ਸਟੱਡੀ ਕਰਾਈ ਤਾਂ ਟਾਈਮ ਮੋਸ਼ਨ ਸਟੱਡੀ ਕਹਿੰਦੀ ਵੀ 80 ਵੱਡੀ ਇਸਟੈਬਲਿਸ਼ਮੈਂਟ ਕਰਨੀ ਹੈ ਅਤੇ ਇਹ 'ਚ 70-80 ਸਾਲ ਲੱਗੇ ਹੋਣਗੇ, ਔਰ ਇਹਨਾਂ ਦੇ ਇਹ ਆਲੇ ਦੁਆਲੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਇਸਟੈਬਲਿਸ਼ਮੈਂਟਸ ਹੋਣੀਆਂ ਬਹੁਤ ਜ਼ਰੂਰੀ ਹੈ। ਜਿੱਦਾਂ ਪਿਛਲੇ ਐਪੀਸੋਡ ਤੁਹਾਨੂੰ ਗੱਲ ਦੱਸੀ ਨਾ ਜੀ ਕਿ ਮੰਜੀ ਤੋੜਤੀ, ਧਰਮਸ਼ਾਲ ਤੋੜਤੀ, ਸਿੱਖਾਂ ਦਬਦਬਾ ਦਬਦਬਾ ਇੱਥੇ ਸੀਗਾ ਤਾਂ ਸਮਝੌਤਾ ਹੋਇਆ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਸਾਡੇ ਐਵੀਡੈਂਸ ਦੇ ਸਾਹਮਣੇ ਆ ਰਹੇ ਨੇ ਪੂਰਾ ਸ਼ਹਿਰ ਬਣਿਆ ਸੀ। ਔਰ ਦੂਸਰੀ ਗੱਲ ਉਹ ਹੈ ਕਿ ਗੜਵਾਲ ਦੇ ਰਾਜੇ ਡੈਥ ਹੋਣਾ ਔਰ ਭਾਈ ਲੱਖੀ ਰਾਏ ਬੰਜਾਰਾ ਜੀ ਸਮਰੱਥ ਰਾਮਦਾਸ ਨਾਲ ਮੁਲਾਕਾਤ ਕਰਵਾਉਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੀ, ਉੱਥੇ ਰਾਣੀ ਵੀ ਬੈਠੀ ਹੈ, 4-5 ਬੰਦੇ ਬੈਠ ਕੇ ਉਸ ਪੂਰੀ ਇੱਕ ਮੀਟਿੰਗ ਹੁੰਦੀ ਹੈ, ਔਰ ਅਸੀਂ ਉਸ ਮੀਟਿੰਗ ਨੂੰ ਵੀ ਡਿਟੇਲ ਨਹੀਂ ਦੱਸ ਪਾ ਰਹੇ ਕਿ ਉਹ ਮੀਟਿੰਗ ਦਾ ਰੀਜ਼ਨ ਕੀ ਹੈ। ਗੁਰੂ ਹਰਗੋਬਿੰਦ ਸਾਹਿਬ ਗੜਵਾਲ ਕਰਨ ਕੀ ਗਏ ਨੇ, ਅਲਟੀਮੇਟਲੀ ਵਟ ਵਾਜ਼ ਦਾ ਓਬਜੈਕਟਿਵ, ਗਏ ਜ਼ਰੂਰ ਨੇ ਸਾਰੇ ਇਸ ਤੌਰ, ਵਟ ਵਾਜ਼ ਦਾ ਓਬਜੈਕਟਿਵ। ਅਗਲੀ ਗੱਲ ਹੁਣ ਅਗਲੀ ਫਿਰ ਕਨੈਕਟੀਵਿਟੀ ਦੀ ਗੱਲ ਜਦੋਂ ਮੈਂ ਕਹਿ ਰਿਹਾ, ਜੇ 6ਵੀਂ ਪਾਤਸ਼ਾਹੀ ਨੇ ਮਿਸ਼ਨ ਸ਼ੁਰੂ ਕੀਤਾ ਹੋਇਆ ਗੁਰੂ ਨਾਨਕ ਸਾਹਿਬ ਦਾ, 7ਵੀਂ ਪਾਤਸ਼ਾਹੀ ਵੀ ਉੱਥੇ ਹੋਣੀ ਚਾਹੀਦੀ ਹੈ। ਹੁਣ ਗੱਲ ਕਿ ਨੈਚ ਹੋਇਆ ਆ ਗਈ, ਦਬਿਸਤਾਨ ਮਸਜਿਦ ਜ਼ੁਲਫਕਾਰ ਰਾਜਸਥਾਨੀ ਲਿਖਦਾ ਹੈ ਕਿ ਗੁਰੂ 7ਵੀਂ ਪਾਤਸ਼ਾਹੀ ਗੁਰੂ ਹਰ ਰਾਏ ਸਾਹਿਬ 1645 ਲੈ ਕੇ 1658 ਤੱਕ ਉੱਥੇ ਰਹੇ ਨੇ, ਉੱਥੇ ਪ੍ਰੈਜ਼ੈਂਟ ਨੇ 2200 ਘੋੜ ਸਵਾਰਾਂ ਨਾਲ, ਕੀ ਕਰ ਰਹੇ ਨੇ ਸਾਡੀਆਂ ਸਿਰਮੌਰ ਸੰਸਥਾ ਸਾਨੂੰ ਐਕਸਪਲੇਨ ਤਾਂ ਕਰੇ, ਅਸੀਂ ਤਾਂ ਹਿਸਟੋਰੀਅਨ ਨਹੀਂ ਆ, ਬੀਂਗ ਸਿੱਖ ਤਾਂ ਸਾਡਾ ਸਵਾਲ। ਹੁਣ ਤੁਹਾਡੇ ਚੈਨਲ ਦੇ ਰਾਹੀਂ ਮੈਂ ਇੱਕ ਕੁਸ਼ਚਨ SGPC ਨੂੰ ਪੁੱਛਣਾ ਚਾਹਾਂਗਾ ਔਰ ਸਾਰਾ ਸਿੱਖ ਜਗਤ ਵੀ ਪੁੱਛੇ ਇਹਨਾਂ ਤੋਂ, ਇਤਿਹਾਸਕਾਰਾਂ ਤੋਂ, ਕਿ 13 ਸਾਲ ਸਾਡੇ ਗੁਰੂ ਸਾਹਿਬ ਇੱਥੇ ਕਰਦੇ ਕੀ ਨੇ, ਕੀ ਲੁੱਕ ਕੇ ਬੈਠੇ ਨੇ ਕਿ ਸਾਡੇ ਕੋਲ ਉਹਨਾਂ ਦਾ ਕੋਈ ਇਤਿਹਾਸ ਨਹੀਂ ਹੈ। ਗੁਰੂ ਨਾਨਕ ਸਾਹਿਬ ਦਾ ਮਿਸ਼ਨ ਐਡਾ ਇੰਪੋਰਟੈਂਟ ਸੀ, ਹਰ ਸਕਿੰਟ ਕੀਮਤੀ ਸੀਗਾ, ਇੱਕ ਸੈਕਿੰਡ ਹੀ ਵੇਸਟ ਨਹੀਂ ਕੀਤਾ ਜਾ ਸਕਦਾ ਸੀਗਾ। ਫਿਰ 1645 ਤੋਂ ਲੈ ਕੇ 1658 ਤੱਕ ਉਹ ਪ੍ਰੈਜ਼ੈਂਟ ਨੇ, ਅਤੇ 1652 ਦੇ ਵਿੱਚ 8ਵੀਂ ਪਾਤਸ਼ਾਹੀ ਦਾ ਪ੍ਰਕਾਸ਼ ਹੁੰਦਾ ਹੈ, ਕਿਤੇ ਨਾ ਕਿਤੇ ਕੜੀ ਜੁੜ ਰਹੀ ਆਪਸ, ਅਤੇ ਜਨਾਬ ਜਿੱਥੇ ਮਾਤਾ ਪਿਤਾ, ਜੇ ਮਾਤਾ ਸੁਲੱਖਣੀ ਵੀ ਉੱਥੇ ਹੈ ਅਤੇ ਪਿਤਾ ਗੁਰੂ ਹਰ ਰਾਏ ਸਾਹਿਬ ਵੀ ਉੱਥੇ ਨੇ, ਅਤੇ ਬੱਚਾ ਕਿੱਥੇ ਪੈਦਾ ਹੋਏਗਾ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਬੀਰ ਸਾਹਿਬ ਦਾ ਸ਼ਲੋਕ ਹੈ, ਰਾਮ ਰਾਏ ਦਾ ਜਨਮ ਵੀ ਉੱਥੇ ਹੋਇਆ ਅਤੇ ਬੀਬੀ ਸਵਰੂਪ ਕੌਰ ਜੋ ਉਹਨਾਂ ਦੀ ਵੱਡੀ ਭੈਣ ਸੀ ਉਹਨਾਂ ਦਾ ਵੀ 8ਵੀਂ ਪਾਤਸ਼ਾਹੀ ਜਨਮ ਉੱਥੇ ਹੋਇਆ, ਲੇਕਿਨ ਉਹ ਸਾਨੂੰ ਗਲਤ ਤਰੀਕੇ ਨਾਲ ਸਾਨੂੰ ਕੀਰਤਪੁਰ ਸਾਹਿਬ ਦਿਖਾ ਦਿੱਤਾ ਗਿਆ। ਹੁਣ ਜਦੋਂ ਅਸੀਂ ਇਹ ਗੱਲ, ਅਸੀਂ ਤਾਂ ਇੱਕ ਸਿੰਪਲ ਮੈਥੇਮੈਟਿਕਸ ਦੀ ਗੱਲ ਹੈ, 1645 ਤੋਂ ਲੈ ਕੇ 1658 ਵਿੱਚ ਆਉਣੀ ਹੈ, ਉਹ ਪੋਰਸ਼ਨ ਗਾਇਬ ਹੈ। ਬਿਲਕੁਲ, ਤੁਹਾਡੇ ਕੋਲ ਸੀ ਗਗਨਦੀਪ ਸਿੰਘ ਜੀ। ਸੱਚਮੁੱਚ ਦੋਸਤੋ, ਬੜਾ ਅਹਿਮ ਵਿਸ਼ਾ ਅੱਜ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਪ੍ਰੋਗਰਾਮ ਹਰਿਆਣੇ ਦੀ ਸਰਦਾਰੀ ਵਿੱਚ। ਧੰਨਵਾਦ ਕਰਦੇ ਹਾਂ ਗੁਰੂ ਸਾਹਿਬ ਇੱਕ ਵਾਰ ਫਿਰ ਦੁਬਾਰਾ, ਜਿਨ੍ਹਾਂ ਨੇ ਸਾਡੇ ਅਤੇ ਸਤਿਕਾਰਯੋਗ ਸਰਦਾਰ ਗਗਨਦੀਪ ਸਿੰਘ ਅਤੇ ਸਰਦਾਰ ਗੁਰਵਿੰਦਰ ਸਿੰਘ ਨੇ ਡਿਊਟੀ ਲਗਾਈ ਹੈ ਕਿ ਤੁਸੀਂ ਉਹ ਤੱਥ, ਉਹ ਐਵੀਡੈਂਸ, ਜਿਹੜੇ ਕਿ ਤੱਥਾਂ ਦੇ ਆਧਾਰ ਜੇ ਇੱਕ ਗੱਲ ਕੀਤੀ ਜਾਵੇ ਗੁਰਬਾਣੀ ਦੀ ਕਸਵੱਟੀ ਅਤੇ ਇਤਿਹਾਸਕ ਸਥਾਨ ਸੰਗਤਾਂ ਦੇ ਰੂਬਰੂ ਕਰ ਰਹੇ ਨੇ, ਮਾਨਤਾ ਰੂਬਰੂ ਕਰ ਰਹੇ ਨੇ। ਦੋਸਤੋ, ਗੱਲਾਂ ਹੋਰ ਵੀ ਨੇ ਬਹੁਤ ਸਾਰੀਆਂ ਕਰਨ ਵਾਲੀਆਂ, ਪਰੰਤੂ ਕੀ ਕਰੀਏ, ਵਕਤ ਵਿਚਾਰੇ ਸੋ ਬੰਦਾ ਹੋਏ। ਗੁਰਬਾਣੀ ਦੇ ਅਨੁਸਾਰ ਅੱਜ ਇੱਥੇ ਹੀ ਸ਼ੋਅ ਦੀ ਸਮਾਪਤੀ ਹੈ, ਪਰੰਤੂ ਕੋਸ਼ਿਸ਼ ਕਰਾਂਗੇ ਜਿਹੜਾ ਜਿਹੜਾ ਸਥਾਨ ਦੀ ਗੱਲ ਕਰ ਰਹੇ ਨੇ, ਜਿਹੜੇ ਜਿਹੜੇ ਸੋਰਸਿਸ ਦੀ ਗੱਲ ਕਰ ਰਹੇ ਨੇ, ਤੁਹਾਨੂੰ ਨਾਲ ਨਾਲ ਅਸੀਂ ਦਿਖਾਉਂਦੇ ਵੀ ਰਹਾਂਗੇ। ਅਗਲੇ ਐਪੀਸੋਡ 'ਚ ਆਪਾਂ ਪਹੁੰਚਾਂਗੇ ਲੋਹਗੜ੍ਹ ਦੇ ਸਥਾਨ 'ਤੇ, ਕਿਹੋ ਜਿਹਾ ਕਾਰ ਚੱਲ ਰਿਹਾ ਉੱਥੇ, ਕਿਵੇਂ ਕਿਵੇਂ ਸਾਡੇ ਕੋਲ ਸਿੰਬਲਸ ਮੌਜੂਦ ਨੇ ਅਤੇ ਕਿਵੇਂ ਕਿਵੇਂ ਸੰਗਤਾਂ ਬੜੀ ਬੇਸਬਰੀ ਨਾਲ ਉਸ ਇਤਿਹਾਸਕ ਸਥਾਨ 'ਤੇ ਦੀਦਾਰ ਕਰ ਰਹੀਆਂ ਨੇ। ਮੈਂ ਬੇਨਤੀ ਕਰਾਂਗਾ ਗਗਨਦੀਪ ਸਿੰਘ, ਆਪਾਂ ਅਗਲੀ ਵਾਰ ਉਸ ਸਥਾਨ 'ਤੇ ਜਾ ਕੇ ਪਹੁੰਚਾਂਗੇ ਅਤੇ ਸ਼ਾਇਦ ਅਸੀਂ ਵੀ ਅਕਾਲ ਚੈਨਲ ਰਾਹੀਂ ਵਿਦੇਸ਼ਾਂ ਜਿਹੜੇ ਸਾਡੇ ਸਿੱਖ ਬੈਠੇ ਨੇ, ਜਿਨ੍ਹਾਂ ਨੂੰ ਇੱਕ ਤੜਪ ਹੈ ਕਿ ਅਸੀਂ ਉਹਨਾਂ ਸਥਾਨਾਂ 'ਤੇ ਦੀਦਾਰ ਕਰੀਏ ਜਿਹੜੇ ਸਥਾਨ ਸਾਡੇ ਤੋਂ ਗੁਆਚ ਚੁੱਕੇ ਨੇ, ਕਿਉਂਕਿ ਅਰਦਾਸ ਰੋਜ਼ ਨਨਕਾਣਾ ਸਾਹਿਬ ਦਾ ਦੀਦਾਰ ਮੰਗਦੇ ਹਾਂ। ਹਾਲਾਂਕਿ ਇਹ ਸਥਾਨ ਸਾਡੀ ਰਾਜਧਾਨੀ ਹੈ, ਸਿੱਖ ਰਾਜ ਦਾ ਪਹਿਲਾ ਜਿਹੜਾ ਸਥਾਪਿਤ ਰਾਜਾ ਹੈ ਬਾਬਾ ਬੰਦਾ ਸਿੰਘ ਬਹਾਦਰ, ਉਹ ਵੀ ਕਿਤੇ ਦਿਲਾਂ 'ਚੋਂ ਅਲੋਪ ਨਾ ਹੋਵੇ, ਉਹਦੀ ਬੜੀ ਵੱਡੀ ਦੇਣ ਹੈ ਪੰਥ ਨੂੰ, ਜੇਕਰ ਕਿਤੇ ਉਹ ਨਾ ਆਉਂਦਾ ਤਾਂ ਸ਼ਾਇਦ ਅੱਜ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਸਥਾਨ 'ਤੇ ਨਿਸ਼ਾਨ ਨਾ ਝੂਲਦਾ।
ਸ਼ਾਇਦ ਦਿੱਲੀ ਦੇ ਵਿੱਚ ਉਹ ਸਥਾਨ ਨਾ ਸਾਡੇ ਕੋਲ ਮੌਜੂਦ ਹੁੰਦੇ। ਚਲੋ ਗੁਰੂ ਕਿਰਪਾ ਕਰੇ, ਤੁਸੀਂ ਸੇਵਾ ਕਰ ਰਹੇ ਹੋ, ਪੰਥ ਤੁਹਾਨੂੰ ਨਮਸਕਾਰ ਕਰਦਾ, ਅਕਾਲ ਚੈਨਲ ਹਮੇਸ਼ਾ ਤੁਹਾਡੇ ਨਾਲ ਹੈ, ਇਹ ਮੈਂ ਵਾਅਦਾ ਕਰਦਾ। ਗੁਰੂ ਪਾਤਸ਼ਾਹ ਕੇ ਅਰਦਾਸ ਤੁਹਾਨੂੰ ਹੋਰ ਤੰਦਰੁਸਤੀ ਬਖਸ਼ੇ ਮਾਲਕ, ਅਤੇ ਆਪਾਂ ਅਗਲੀ ਵਾਰ ਉਸ ਸਥਾਨ 'ਤੇ ਜਾਵਾਂਗੇ ਅਤੇ ਸੰਗਤਾਂ ਦੇ ਰੂਬਰੂ ਕਰਾਂਗੇ। ਸਥਾਨ ਤੁਸੀਂ ਲਿਖਤਾਂ ਰਾਹੀਂ ਕਰ ਚੁੱਕੇ ਹੋ, ਅੱਜ ਅਸੀਂ ਐਪੀਸੋਡ ਰਾਹੀਂ ਕਰ ਚੁੱਕੇ ਹਾਂ, ਪਰੰਤੂ ਜੋ ਅੱਖੀ ਵੇਖਿਆ ਜਾਂਦਾ ਉਹੀ ਤੱਤ ਹੈ, ਉਹੀ ਅਸਲ ਸੱਚਾਈ ਹੈ। ਆਪ ਸੰਗਤਾਂ ਦਾ ਵੀ ਧੰਨਵਾਦ ਇੰਨਾ ਪਿਆਰ ਦੇਣ ਵਾਸਤੇ। ਤੁਹਾਡੇ ਆ ਰਹੇ ਫੋਨਸ, ਤੁਹਾਡੀਆਂ ਆ ਰਹੀਆਂ ਈਮੇਲਸ ਕਾਲ ਸਾਨੂੰ ਹੋਰ ਤਾਕਤ ਦਿੰਦੀਆਂ ਨੇ ਕਿ ਅਸੀਂ ਸਹੀ ਤੱਤ, ਜੋ ਗੁਰਬਾਣੀ ਦੀ ਰੋਸ਼ਨੀ, ਜੋ ਸਹੀ ਤੱਤ, ਜੋ ਸਹੀ ਇਤਿਹਾਸ ਹੈ, ਤੁਹਾਡੇ ਰੂਬਰੂ ਕਰ ਸਕੀਏ। ਸਾਡੇ ਵਾਸਤੇ ਵੀ ਅਰਦਾਸ ਕਰਿਓ, ਤਦ ਇਹਨਾਂ ਸ਼ਖਸੀਅਤਾਂ ਵਾਸਤੇ ਵੀ ਅਰਦਾਸ ਕਰਿਓ, ਪਰਮਾਤਮਾ ਇਹਨਾਂ ਨੂੰ ਹੋਰ ਤੰਦਰੁਸਤੀ ਬਖਸ਼ੇ। ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਉਹ ਵੇਸਲੇ ਹੋ ਚੁੱਕੇ ਨੇ, ਪਰੰਤੂ ਜਿਹੜੇ ਗੁਰੂ ਨਾਨਕ ਦੇ ਸਿੱਖ ਸਨ, ਜਿਨ੍ਹਾਂ ਨੇ ਆਪਣਾ ਫਰਜ਼ ਨਿਭਾਇਆ, ਪੰਥ ਨੂੰ ਸਮਰਪਿਤ ਕੀਤਾ, ਪਰਿਵਾਰ ਨੂੰ ਤਿਆਗਿਆ, ਪ੍ਰੋਫੈਸ਼ਨ ਨੂੰ ਤਿਆਗਿਆ, ਪੰਥ ਦੀ ਚੜ੍ਹਦੀ ਕਲਾ ਵਾਸਤੇ, ਇੱਕ ਆਸ ਰੱਖੀ ਸੀ ਕਿ ਅਤੇ ਆਉਣ ਵਾਲੀ ਪਨੀਰੀ ਸਾਡੀ ਅਸਲ ਤੱਤ ਨਾਲ ਜੁੜ ਸਕੇ। ਸੋ ਇਸੇ ਆਸ ਨਾਲ ਆਪ ਸਾਰਿਆਂ ਤੋਂ ਖਿਮਾ ਦੇ ਜਾ ਚੱਕਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।